ਸਤਿ ਸ਼੍ਰੀ ਅਕਾਲ ਜੀ, ਫਾਸਟ ਵੇ ਨਿਊਜ਼ ਦੇਖ ਰਹੇ ਹੋ ਤੁਸੀਂ। ਮੈਂ ਹਰਨਵੀਰ ਸਿੰਘ ਰਾਣਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਾਤਾਵਰਣ ਦੀ, ਕਿਉਂਕਿ ਵਾਤਾਵਰਣ ਨੂੰ ਬਚਾਉਣਾ ਜਿਹੜਾ ਉਹ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਰ ਕਿਤੇ ਨਾ ਕਿਤੇ ਅਸੀਂ ਇਸ ਵਿਚਾਰ ਤੋਂ ਥਿੜਕਦੇ ਜਾ ਰਹੇ ਹਾਂ ਤੇ ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਨੇ ਖਤਰਿਆਂ ਦਾ, ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਟੈਂਪਰੇਚਰ ਲਗਾਤਾਰ ਵੱਧਦਾ ਜਾ ਰਿਹਾ, ਗਲੋਬਲ ਵਾਰਮਿੰਗ ਦਾ ਇਸ਼ੂ ਕ੍ਰੀਏਟ ਹੋ ਰਿਹਾ, ਉੱਥੇ ਨਾਲ ਹੀ ਨਵੇਂ-ਨਵੇਂ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਨੇ। ਵਾਤਾਵਰਣ ਨੂੰ ਬਚਾਉਣ ਲਈ ਕੀ ਹੋ ਸਕਦਾ, ਕਿਸ ਤਰ੍ਹਾਂ ਕੀਤਾ ਜਾ ਸਕਦਾ, ਸੋਲੂਸ਼ਨਸ ਕੀ ਨੇ, ਇਸੇ ਤੇ ਚਰਚਾ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ, ਮੈਂ ਸਭ ਤੋਂ ਪਹਿਲਾਂ ਤਾਰੁਫ ਕਰਾ ਦਿੰਦਾ। ਸਾਡੇ ਨਾਲ ਚਰਨਜੀਤ ਸਿੰਘ ਕੂਨਰ ਨੇ, ਡਿਵੀਜ਼ਨਲ ਫੋਰੈਸਟ ਆਫੀਸਰ ਨੇ ਸਾਡੇ ਨਾਲ। ਇਸ ਦੇ ਨਾਲ ਹੀ ਸਾਡੇ ਨਾਲ ਸੁਪ੍ਰੀਤ ਕੌਰ ਜੀ ਨੇ, ਇਕੋ ਸਿੱਖ ਇੰਡੀਆ ਦੇ ਪ੍ਰੈਜ਼ੀਡੈਂਟ ਨੇ। ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ ਸਾਡੇ ਨਾਲ, ਵਾਤਾਵਰਨ ਮਾਹਿਰ ਨੇ। ਐਨਜੀਓ ਤੋਂ, ਐਵਰਗ੍ਰੀਨ ਐਨਜੀਓ ਤੋਂ ਸਾਡੇ ਨਾਲ ਕਮਲਜੀਤ ਸਿੰਘ ਠੇਕਰੀਵਾਲ ਜੀ ਨੇ। ਸਵਾਗਤ ਹੈ ਜੀ ਤੁਹਾਡਾ ਸਾਰੇ ਮਹਿਮਾਨਾਂ ਦਾ। ਲੱਖੇਵਾਲੀ ਸਾਹਿਬ, ਸ਼ੁਰੂਆਤ ਤੋਂ ਬਹੁਤ ਸਾਰੀਆਂ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਓਜ਼ੋਨ ਜਿਹੜੀ ਪਰਤ ਹੈ ਉਹ ਖਤਮ ਹੋ ਰਹੀ ਹੈ ਜਾਂ ਉਹਦੇ ਵਿੱਚ ਬਹੁਤ ਵੱਡਾ ਹੋਲ ਹੋ ਰਿਹਾ ਹੈ ਜਾਂ ਆਲਮੀ ਤਪਸ਼ ਹੈ, ਹੜ੍ਹ ਆ ਜਾਂਦੇ ਨੇ, ਸੋਕਾ ਆ ਜਾਂਦਾ, ਸਮੁੰਦਰੀ ਤੂਫਾਨ ਆ ਜਾਂਦੇ, ਨਵੀਂ ਬਿਮਾਰੀਆਂ, ਇਹ ਸਾਰੀਆਂ ਵਾਤਾਵਰਣ ਨਾਲ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਉਦੋਂ ਹੀ ਹੁੰਦਾ। ਜੀ ਬਿਲਕੁਲ। ਪਰ ਖਤਰੇ ਸਭ ਨੂੰ ਪਤਾ ਨੇ, ਸਭ ਨੂੰ ਪਤਾ ਕਿ ਜਿਹੜਾ ਟੈਂਪਰੇਚਰ ਆ ਵੱਧ ਰਿਹਾ, ਤੁਸੀਂ ਵੀ ਦੇਖਿਆ ਹੋਣਾ ਕਿ ਮਹੀਨਾ ਮਹੀਨਾ ਜਿਹੜਾ ਬਾਰਿਸ਼ਾਂ ਨੇ ਉਹ ਘਟਦੀਆਂ ਜਾ ਰਹੀਆਂ ਨੇ, ਹੈਨਾ। ਪਰ ਅਸੀਂ ਅੱਜ ਸੋਲੂਸ਼ਨ ਤੇ ਗੱਲ ਕਰਾਂਗੇ ਕਿ ਵਾਤਾਵਰਣ ਨੂੰ ਬਚਾਉਣ ਲਈ ਕਰਨਾ ਕੀ ਚਾਹੀਦਾ। ਜੇ ਸ਼ੁਰੂਆਤੀ ਲਫ਼ਜ਼ਾਂ ਵਿੱਚ ਕਿਹਾ ਜਾਵੇ ਕਿ ਵਾਤਾਵਰਣ ਨੂੰ ਬਚਾਉਣ ਲਈ ਕੀਤਾ ਕੀ ਜਾਵੇ, ਉਹ ਬਾਰੇ ਦੱਸੋ। ਜਿੱਦਾਂ ਜੀ ਮੈਂ ਸ਼ੁਰੂਆਤ ਕਰੂੰਗਾ, ਜਿੱਦਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ, ਬਿਰਖੇ ਹੇਠ ਸਭੇ ਜਨ ਤੱਕ ਇਕੱਠੇ। ਜੀ, ਸਾਡੀ ਇਸ ਸ੍ਰਿਸ਼ਟੀ ਦਾ ਜਿਹੜਾ ਮੂਲ ਹੈ ਇਹ ਰੁੱਖ ਨੇ। ਜੀ, ਤੁਸੀਂ ਪਾਣੀਆਂ ਦੀ ਗੱਲ ਕੀਤੀ, ਸ਼ੁੱਧ ਹਵਾਵਾਂ ਦੀ ਗੱਲ ਕੀਤੀ, ਤਾਪਮਾਨ ਦੇ ਕੰਟਰੋਲ ਦੀ ਗੱਲ ਕੀਤੀ, ਇਹ ਸਾਰਿਆਂ ਦੇ ਵਿੱਚ ਜੇ ਕੋਈ ਚੀਜ਼ ਯੋਗਦਾਨ ਪਾ ਸਕਦੀ ਹੈ, ਵੱਡੇ ਲੈਵਲ ਤੇ ਯੋਗਦਾਨ ਪਾ ਸਕਦੀ ਹੈ, ਤਾਂ ਉਹ ਸਾਡੀ ਇਹ ਗ੍ਰੀਨਰੀ ਹੈ, ਫੋਰੈਸਟ ਕਵਰ ਹੈ, ਰੁੱਖ ਨੇ, ਤਾਂ ਉਹ ਰੁੱਖਾਂ ਸਦਕਾ ਹੀ ਜਿਹੜਾ ਸਾਡਾ ਜੀਵਨ ਹੈ। ਤਾਂ ਸੋ ਜੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਮੁਸ਼ਕਲਾਂ ਸਾਰਿਆਂ ਨੂੰ ਪਤਾ ਨੇ, ਤੇ ਉਹਦੇ ਜੇ ਸੋਲੂਸ਼ਨ ਦੀ ਗੱਲ ਕਰਦੇ ਹਾਂ, ਬੜਾ ਮੋਟੀ ਜੀ ਗੱਲ ਹੈ ਕਿ 33% ਦੇ ਕਰੀਬ ਸਾਨੂੰ ਜੰਗਲਾਤ ਅੰਦਰ ਏਰੀਆ ਚਾਹੀਦਾ, ਤੇ ਅਸੀਂ ਬੈਠੇ ਹੋਏ ਹਾਂ 3.5% ਤੇ। ਤੇ ਜੇ ਅਸੀਂ 3.5 ਤੋਂ ਉੱਪਰ ਜਾਣਾ ਤਾਂ ਡੈਫੀਨੇਟਲੀ ਸਾਨੂੰ, ਹਾਲਾਂਕਿ ਡਿਫਰੈਂਸ ਦੇਖੋ ਕਿੱਡਾ ਵੱਡਾ, ਕਿਤੇ 33%, ਕਿਤੇ 3% ਜਾਂ 4% ਦੇ ਵਿਚਕਾਰ, 3.5%, ਇਸੇ ਕਰਕੇ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ। ਸੁਪ੍ਰੀਤ ਕੌਰ ਜੀ, ਇਕੋ ਸਿੱਖ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ, ਅਸੀਂ ਤੁਹਾਡੇ ਜਿਹੜੀਆਂ ਗਤੀਵਿਧੀਆਂ ਨੇ, ਕੰਮ ਕਾਰ ਨੇ, ਅਸੀਂ ਦੇਖਦੇ ਰਹਿੰਦੇ ਹਾਂ। ਜਿਹੜਾ ਇਕੋ ਸਿੱਖ ਵੱਲੋਂ ਹੁਣ ਕੀਤੇ ਜਾ ਰਹੇ ਉਪਰਾਲਿਆਂ ਦੇ ਵਿੱਚ ਜੇਕਰ ਕਿਹਾ ਜਾਵੇ ਕਿ ਰੁੱਖ ਲਾਉਣਾ ਮਿਲਣਾ, ਤਾਂ ਸਭ ਤੋਂ ਵੱਧ ਜਿੱਦਾਂ ਲੱਖੇਵਾਲੀ ਵੀ ਜੀ ਕਹਿ ਰਹੇ ਨੇ, ਬੇਹੱਦ ਜ਼ਰੂਰੀ ਹੈ, ਪਰ ਲੋਕਾਂ ਨੂੰ ਅਵੇਅਰ ਕਿਵੇਂ ਕੀਤਾ ਜਾਵੇ, ਜਾਗਰੂਕ ਕਿਵੇਂ ਕੀਤਾ ਜਾਵੇ, ਉਹਨਾਂ ਨੂੰ ਨਾਲ ਕਿਵੇਂ ਜੋੜਿਆ ਜਾਵੇ ਇਸ ਮੁਹਿੰਮ ਦੇ। ਦੇਖੋ ਜੀ, ਸਭ ਤੋਂ ਪਹਿਲੇ ਤੇ ਜ਼ਰੂਰੀ ਹੈ ਕਿ ਕਹਿਣ ਨਾਲ ਕੁਝ ਨਹੀਂ ਹੁੰਦਾ, ਕਰਨ ਨਾਲ ਬਹੁਤ ਕੁਝ ਹੁੰਦਾ। ਸੋ ਜਿਹੜੀ ਇਹ ਕਾਦਰ ਨੇ ਸਾਨੂੰ ਕੁਦਰਤ ਦਿੱਤੀ ਹੈ, ਇਹ ਮੁਫਤ ਇੱਕ ਗਿਫਟ ਹੈ ਸਾਡੇ ਵਾਸਤੇ, ਤੇ ਸਾਨੂੰ ਇਹਦੀ ਸੰਭਾਲ ਵਾਸਤੇ ਜਿੰਨੀ ਦੇਰ ਤੱਕ ਅਸੀਂ ਆਪ ਰੋਲ ਮਾਡਲ ਨਹੀਂ ਬਣਾਂਗੇ, ਆਪ ਅਗਲੀ ਜਨਰੇਸ਼ਨ ਨੂੰ ਕੁਝ ਕਰਕੇ ਨਹੀਂ ਦਿਖਾਵਾਂਗੇ, ਜੋ ਵਿਰਸਾ ਸਾਨੂੰ ਮਿਲਿਆ ਸਾਡੀ ਪੂਰਵਜਾਂ ਤੋਂ, ਉਹਨਾਂ ਨੂੰ ਸਾਫ਼ ਰੱਖਣਾ, ਸੁਥਰਾ ਰੱਖਣਾ, ਇਹ ਸਾਡੀ ਪੁਰਜ਼ੋਰ ਕੋਸ਼ਿਸ਼ ਹੋਣੀ ਚਾਹੀਦੀ ਹੈ। ਤੇ ਇਹਦੇ ਲਈ ਅਸੀਂ ਸੈਮੀਨਾਰਸ ਕਰਦੇ ਹਾਂ, ਕਾਲਜਾਂ ਦੇ ਵਿੱਚ ਨੌਜਵਾਨ ਬੱਚਿਆਂ ਕੋਲ ਜਾਂਦੇ ਹਾਂ, ਉਹਨਾਂ ਨੂੰ ਇਹ ਚਾਹੁੰਦੇ ਹਾਂ ਵੀ ਉਹਨਾਂ ਦੇ ਮੂੰਹ ਆਪੋ ਹੀ ਨਿਕਲੇ ਕਿ ਜੀ ਅਸੀਂ ਰੁੱਖ ਲਾਵਾਂਗੇ ਤੇ ਅਸੀਂ ਇਹਨਾਂ ਦੀ ਕੇਅਰ ਵੀ ਕਰਾਂਗੇ ਤੇ ਨਾਲ ਦੇ ਨਾਲ ਅਸੀਂ ਦੂਜਿਆਂ ਨੂੰ ਵੀ ਪ੍ਰੇਰਿਤ ਕਰਾਂਗੇ। ਕੀ ਲੱਗਦਾ ਕਿ ਮਹੱਤਤਾ ਦੱਸਣੀ ਜ਼ਿਆਦਾ ਜ਼ਰੂਰੀ ਹੈ ਤਾਂ ਆਕਰਸ਼ਿਤ ਹੋਣਗੇ, ਤਾਂ ਇਸ ਪਾਸੇ ਵੱਲ ਜਾਣਗੇ? ਦੇਖੋ ਜੀ, ਬੁਰੇ ਪ੍ਰਭਾਵ ਅੱਜ ਕੱਲ੍ਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਬੁਰੇ ਪ੍ਰਭਾਵ ਆਉਣ ਵਾਲੇ ਟਾਈਮ ਦੇ ਵਿੱਚ ਕੀ ਹਾਲ ਹੋਣਾ ਹੈ। ਦਿੱਲੀ ਵਿੱਚ ਤੁਸੀਂ, ਤੁਹਾਨੂੰ ਪਤਾ ਹੀ ਹੋਣਾ, ਇੰਨਾ ਪੋਲਿਊਸ਼ਨ ਹੈ ਕਿ ਸਵੇਰੇ ਬੱਚਾ ਬਾਹਰ ਨਿਕਲਦਾ ਹੈ
ਤੇ ਉਹਨੂੰ ਮਾਸਕ ਪਾਣਾ ਪੈਂਦਾ ਮੂੰਹ ਤੇ। ਸੋ ਇਹ ਹਾਲ ਪੰਜਾਬ ਵੀ ਦੂਰ ਨਹੀਂ, ਵੀ ਇਹੀ ਹਾਲ ਇੱਥੇ ਵੀ ਹੋ ਜਾਣਾ। ਲੁਧਿਆਣਾ ਵੀ ਉਸੇ ਪਾਸੇ ਵੱਲ ਵੱਧ ਰਿਹਾ ਹੈ। ਬਿਮਾਰੀਆਂ ਜਿਸ ਹਸਪਤਾਲਾਂ ਦੇ ਵਿੱਚ ਜੇ ਅਸੀਂ ਜਾਈਏ ਤੇ ਜੋ ਪ੍ਰਦੂਸ਼ਣ ਤੋਂ ਬਿਮਾਰੀਆਂ ਹੋ ਰਹੀਆਂ ਨੇ ਉਹ ਹਰ ਘਰ ਦੀ ਕਹਾਣੀ ਬਣ ਚੁੱਕੀ ਹੈ। ਬਿਲਕੁਲ, ਸਾਨੂੰ ਦਮ ਘੁੱਟਣ ਵਾਂਗ ਲੱਗਦਾ ਜਦੋਂ ਸ਼ੁੱਧ ਹਵਾ ਸਾਨੂੰ ਨਹੀਂ ਮਿਲਦੀ। ਬਿਲਕੁਲ, ਸੋ ਸਾਡੇ ਲਈ ਇਹ ਇੱਕ ਰੂਟੀਨ ਬਣ ਗਈ ਹੈ ਤੇ ਇਸ ਰੂਟੀਨ ਦੀ ਇਹ ਤਰਾਸਦੀ ਚੋਂ ਬਾਹਰ ਕੱਢਣ ਵਾਸਤੇ ਜਿੰਨੀ ਦੇਰ ਤੱਕ ਅਸੀਂ ਨੌਜਵਾਨ ਬੱਚੇ ਬੱਚਿਆਂ ਨੂੰ, ਗੁਰੂ ਘਰਾਂ ਨੂੰ, ਆਰਗੇਨਾਈਜੇਸ਼ਨਸ ਨੂੰ, ਸਰਕਾਰ ਨੂੰ, ਸਾਰਿਆਂ ਨੂੰ ਆਪਣੇ ਨਾਲ ਨਹੀਂ ਜੋੜਾਂਗੇ ਤੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਾਂਗੇ ਉਨੀ ਦੇਰ ਤੱਕ ਅਸੀਂ ਇਹਨੂੰ ਸਕਸੈਸਫੁਲ ਨਹੀਂ ਬਣਾ ਸਕਦੇ। ਚਰਨਜੀਤ ਸਿੰਘ ਕੁੰਨਰ ਸਾਡੇ ਨਾਲ ਨੇ ਜੰਗਲਾਤ ਵਿਭਾਗ ਤੋਂ। ਜੰਗਲਾਤ ਵਿਭਾਗ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਇਸ ਦੇ ਵਿੱਚ ਮੰਨੀ ਜਾਂਦੀ ਹੈ, ਕਿਉਂਕਿ ਰੁੱਖ ਲਗਾਉਣ ਦੇ ਵਿੱਚ ਜਾਂ ਜੰਗਲਾਤ ਨੂੰ ਜਿਹੜਾ ਏਰੀਆ ਉਹਨੂੰ ਵਧਾਉਣ ਦੇ ਵਿੱਚ ਜੰਗਲਾਤ ਵਿਭਾਗ ਵੀ ਕੰਮ ਕਰ ਰਿਹਾ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਤੋਂ ਜਿਹੜਾ ਜੰਗਲਾਤ ਦਾ ਏਰੀਆ ਉਹ ਲਗਾਤਾਰ ਘਟਦਾ ਜਾ ਰਿਹਾ, ਚਾਹੇ ਉਹ ਵਿਕਾਸ ਦੇ ਦੇਖਦੇ ਹਾਂ, ਚਾਹੇ ਜਦੋਂ ਸੜਕਾਂ ਬਣਦੀਆਂ ਨੇ ਜਾਂ ਹੋਰ ਬਹੁਤ ਵੱਡੇ ਵੱਡੇ ਬਿਲਡਿੰਗਾਂ ਬਣਦੀਆਂ ਨੇ, ਜਦੋਂ ਵੀ ਤਾਂ ਸਭ ਤੋਂ ਪਹਿਲਾਂ ਜਿਹੜੇ ਨੇ ਦਰਖਤ ਕੱਟੇ ਜਾਂਦੇ ਨੇ। ਜੀ ਉਹ ਤਾਂ ਡਿਵੈਲਪਮੈਂਟ ਦੇ ਕੰਮਾਂ ਦਾ ਵੀ ਜ਼ਰੂਰਤ ਹੈਗੀ ਜੀ, ਹਰ ਰੋਡ 'ਚ ਦੀਆਂ ਚੌੜੀਆਂ ਕਰਨੀਆਂ ਵੀ ਹੈਗੇ ਅਤੇ ਇਹਦੇ ਵਿੱਚ ਉਹਦੇ ਸਰਕਾਰ ਵੱਲੋਂ ਜਿਹੜੀ ਸਕੀਮ ਹੈਗੀ ਆ ਉਹਦੇ ਤਹਿਤ ਅਸੀਂ ਡਬਲ ਜਿਹੜੇ ਪਲਾਂਟਸ ਲਗਾਉਂਦੇ ਹਾਂ ਜੀ ਉਹਦੇ। ਇਸ ਤੋਂ ਇਲਾਵਾ ਜਿਹੜੇ ਹੁਣ ਛੋਟੇ ਪਲਾਂਟਸ ਹੁੰਦੇ ਆ ਉਹਨਾਂ ਦੇ ਨਾਲ ਉਹ ਤਾਂ ਡਬਲ ਗਿਣਤੀ ਵਿੱਚ ਟਾਲ ਪਲਾਂਟ ਲਗਾਉਣ ਦੇ ਲਈ ਵੀ ਸੈਂਟਰ ਗੌਰਮੈਂਟ ਜਿਹੜੇ ਉਸ ਸਕੀਮ ਦੇ ਵਿੱਚ ਉਹ ਸ਼ਾਮਿਲ ਕੀਤਾ ਗਿਆ। ਜੇਕਰ ਸਾਹਿਬ ਇਹਦਾ ਕਾਰਨ ਸਮਝਿਆ ਜਾਵੇ ਕਿ ਕਿਉਂ ਜੰਗਲਾਤ ਦਾ ਏਰੀਆ ਲਗਾਤਾਰ ਘਟਦਾ ਜਾ ਰਿਹਾ ਹੈ, ਇਹਦੇ ਪਿੱਛੇ ਕੋਈ ਵਜ੍ਹਾ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ? ਪੰਜਾਬ ਦੇ ਵਿੱਚ ਤਾਂ ਐਗਰੀਕਲਚਰ ਵਾਲੇ ਪਾਸੇ ਲੋਕਾਂ ਦਾ ਧਿਆਨ ਹੋਣ ਕਰਕੇ ਉਹ ਜ਼ਿਮੀਦਾਰ ਇੱਧਰ ਨਹੀਂ ਲਗਾਉਣਾ ਚਾਹੁੰਦੇ ਅਤੇ ਇਹਦੇ ਵਿੱਚ ਇੱਕ ਕੀਮਤ ਜਿਹੜੀ ਹੈਗੀ, ਜਿਵੇਂ ਪਾਪੂਲਰ ਪਹਿਲਾਂ ਲਗਾ ਰਹੇ ਸੀਗੇ, ਪਾਪੂਲਰ ਦੀ ਕੀਮਤ ਡਾਊਨ ਹੋਈ, ਉਹਦੇ ਨਾਲ ਵੀ ਫਰਕ ਪਿਆ, ਥੋੜ੍ਹਾ ਜਿਹਾ ਸਫੈਦੇ ਦੀ ਕੀਮਤ ਵੀ ਘਟੀ ਹੈਗੀ ਜੀ, ਇਹਦੇ ਨਾਲ ਵੀ ਪੰਜਾਬ ਦਾ ਕਿਸਾਨ ਵਾਤਾਵਰਣ ਲਈ ਨਹੀਂ ਪੌਦੇ ਲਗਾਉਂਦਾ, ਆਪਾਂ ਨੂੰ ਮੰਨ ਲੈਣਾ ਚਾਹੀਦਾ, ਉਹ ਤਾਂ ਸਿਰਫ ਆਪਣੀ ਇਕਨੋਮਿਕ ਉਹਦੇ ਲਈ ਲਗਾਉਂਦਾ ਹੈਗਾ ਜੀ ਅਤੇ ਉਹਦੇ ਲਈ ਉਹਦੇ ਠੀਕ ਹੈ। ਸਾਡਾ ਵੀ ਜਿਹੜਾ ਉਹ ਚੇਂਜ ਹੋਇਆ, ਜਿਹੜਾ ਸੋਚ ਜਿਹੜੀ ਉਹ ਇਸੇ ਕਰਕੇ ਮੈਨੂੰ ਲੱਗਦਾ ਪੌਦੇ ਜਿਹੜੇ ਘਟੇ ਨੇ। ਕਮਲਜੀਤ ਸਿੰਘ ਜੀ, ਐਨ ਜੀ ਓ ਬਹੁਤ ਨੇ, ਤੁਹਾਡੀ ਵੀ ਐਨ ਜੀ ਓ ਐਵਰ ਗ੍ਰੀਨ ਜਿਹੜੀ ਕੰਮ ਕਰ ਰਹੀ ਹੈ, ਐਵਰ ਗ੍ਰੀਨ ਸੁਸਾਇਟੀ, ਅਸੀਂ ਇਹ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਐਨ ਜੀ ਓਜ਼ ਨੇ ਉਹ ਕੰਮ ਵੀ ਕਰ ਰਹੀਆਂ ਨੇ, ਪੌਦੇ ਲਾਉਂਦੀਆਂ ਵੀ ਨੇ, ਪਰ ਫਿਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ ਐਨ ਜੀ ਓ ਨੂੰ। ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਨਾਲ ਦੋ ਚਾਰ ਹੋਣਾ ਪੈਂਦਾ? ਸਰ, ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆਉਂਦੀ ਹੈ ਕਿ ਜਿੰਨੀਆਂ ਐਨ ਜੀ ਓ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਪਿੱਛੋਂ ਮਦਦ ਆ ਜਿਹੜੀ ਸਰਕਾਰੀ ਤੌਰ 'ਤੇ ਜਾਂ ਵੈਸੇ ਵੀ ਉਹ ਘੱਟ ਮਿਲਦੀ ਹੈ, ਤਾਂ ਕਰਕੇ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਤੇ ਉਹ ਅੱਧ ਵਿਚਾਲੇ ਸਾਲ ਜਾਂ ਡੇਢ ਸਾਲ ਕੰਮ ਕਰਕੇ ਬੰਦ ਕਰ ਦਿੰਦੇ ਨੇ। ਇਹ ਕਿਹਾ ਜਾਂਦਾ ਕਿ ਪੌਦੇ ਤਾਂ ਜਿੱਥੋਂ ਮਰਜ਼ੀ ਫ੍ਰੀ ਜਿਹੜੇ ਜੰਗਲਾਤ ਵਿਭਾਗ ਉਹ ਵੀ ਦੇਣ ਲਈ ਤਿਆਰ ਹੈ, ਜਾਂ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਵੀ ਦੇਣ ਲਈ ਤਿਆਰ ਹਾਂ, ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ। ਹਾਂਜੀ, ਜੰਗਲਾਤ ਵਾਲੇ ਮਹਿਕਮੇ ਵਾਲੇ ਦਿੰਦੇ ਨੇ ਜੀ, ਉੱਥੇ ਅੱਜ ਸਾਨੂੰ ਸਵੇਰ ਦੇ ਦੱਸਦੇ ਹਾਂ, ਅੱਜ ਸਵੇਰੀ ਅਸੀਂ ਨਰਸਰੀ ਜਾ ਕੇ ਆਏ ਹਾਂ। ਜਦੋਂ ਨਰਸਰੀ ਜਾਂਦੇ ਜੀ ਉੱਥੋਂ ਹੁੰਦੇ ਨੇ ਅਫਸਰ, ਉਹ ਕਹਿੰਦੇ ਨੇ ਜੀ ਰੇਂਜ ਅਫਸਰ ਕੋਲ ਜਾਓ, ਉਹਨਾਂ ਤੋਂ ਲਿਖਾ ਕੇ ਲੈ ਕੇ ਆਓ। ਉੱਥੇ ਅਸੀਂ ਅਪਰੋਚ ਕਰਦੇ ਹਾਂ, ਉਹ ਕਹਿੰਦੇ ਜੀ ਮੀਟਿੰਗ 'ਚ ਗਏ ਹੋਏ ਨੇ, ਹੈ ਨਹੀਂ ਗਏ, ਅਤੇ ਗੇੜੇ ਲੱਗਦੇ ਨੇ ਉਦੋਂ ਨੂੰ ਜਦੋਂ ਬੂਟੇ ਮਿਲਣੇ, ਉਦੋਂ ਨੂੰ ਫਿਰ ਸੀਜ਼ਨ ਲੰਘ ਜਾਂਦਾ ਜੀ। ਇੱਦਾਂ ਕਰਕੇ ਸਾਡੇ 10-10 12-12 ਚੱਕਰ ਲੱਗ ਜਾਂਦੇ ਨੇ ਜੀ। ਸੁਪ੍ਰੀਤ ਜੀ, ਬੂਟਾ ਪ੍ਰਸ਼ਾਦ ਵੀ ਸ਼ੁਰੂ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ, ਇਹਦੇ ਨਾਲ ਵੀ ਫਾਇਦਾ ਹੋਇਆ ਕਾਫੀ? ਹਾਂਜੀ, ਕਿਉਂਕਿ ਜਦੋਂ ਗੁਰੂ ਘਰ ਤੋਂ ਪ੍ਰਸ਼ਾਦ ਦੇ ਵਜੋਂ ਬੂਟਾ ਜਾਂਦਾ ਤੇ ਉਹਨੂੰ ਅਸੀਂ ਬੜਾ ਪਿਆਰ ਨਾਲ ਰੱਖਦੇ ਹਾਂ, ਉਹਦੀ ਕੇਅਰ ਵੀ ਕਰਨਾ ਚਾਹੁੰਦੇ ਹਾਂ। ਤੇ ਤੁਹਾਨੂੰ ਪਤਾ ਹੈ ਕਿ ਜੇ ਇੱਕ ਚੀਜ਼ ਜਿਹੜੀ ਸਾਨੂੰ ਪ੍ਰਸ਼ਾਦ 'ਚ ਮਿਲਦੀ ਹੈ ਉਹਦੀ ਵੈਲਿਊ ਜਾਂ ਉਹਦਾ ਮਾਣ ਸਾਨੂੰ ਕਿੰਨਾ ਜ਼ਿਆਦਾ ਹੁੰਦਾ। ਸੋ ਇਹਦੇ ਨਾਲ ਇਹ ਹੋਇਆ ਵੀ ਬਜਾਏ ਕਿ ਅਸੀਂ ਕੜਾਹ ਪ੍ਰਸ਼ਾਦ ਦਈਏ, ਉਹਦੇ ਨਾਲੋਂ ਕੋਈ ਇਹੋ ਜਿਹੀ ਚੀਜ਼ ਦਈਏ ਜਿਹੜਾ ਕਈ ਪੀੜ੍ਹੀਆਂ ਤੱਕ ਵੀ ਰਹੇ ਜਾਂ ਨੈਕਸਟ ਜਨਰੇਸ਼ਨਾਂ ਦਾ ਫਾਇਦਾ ਹੋਵੇ, ਜਿਸ ਬਿਲਕੁਲ ਜਾਂ ਸਾਡੇ ਵਾਤਾਵਰਨ ਨੂੰ ਫਾਇਦਾ ਹੋ। ਸਰਵਾਈਵਲ ਰੇਟਸ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਪੌਦੇ ਬਹੁਤ ਲੱਗਦੇ ਨੇ ਪਰ ਉਹ ਅੱਗੇ ਨਹੀਂ ਵੱਧ ਪਾਉਂਦੇ, ਉਹ ਉੱਥੇ ਹੀ ਮਰ ਜਾਂਦੇ ਨੇ, ਉੱਥੇ ਹੀ ਉਹਨਾਂ ਦਾ ਜਿਹੜਾ ਪਤਨ ਹੋ ਜਾਂਦਾ ਕਾਰਨ ਵੱਡਾ। ਦੇਖੋ ਰਾਣਾ ਜੀ,
ਜਿਹੜਾ ਅੱਜ ਇਸ਼ੂ ਆ ਨਾ ਮੇਨ ਮੇਜਰ ਇਸ਼ੂ ਤੇ ਡਿਸਕਸ ਇਹ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਇੱਥੇ ਸਟੂਡੀਓ ਤੋਂ ਬਾਹਰ ਬੈਠਿਆਂ ਨੂੰ ਵੀ ਕਿ ਸਰਵਾਈਵਲ ਰੇਟ ਕਿੱਦਾਂ ਵਧਾਇਆ ਜਾਵੇ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਨੂੰ ਇਸ ਗੱਲ ਲਈ ਸਾਰਿਆਂ ਨੂੰ ਮੰਨਣਾ ਪੈਣਾ ਕਿ ਬੂਟੇ ਲਾਉਣਾ ਰੁੱਖ ਲਾਉਣਾ ਇਹ ਇੱਕ ਟੈਕਨੀਕਲ ਕੰਮ ਆ। ਸੌ 150 ਰੁਪਏ ਦਾ ਰੰਬਾ ਲਾ ਲੈ ਕੇ ਬੰਦਾ ਕੋਈ ਵੀ ਮਾਲੀ ਨਹੀਂ ਬਣ ਜਾਂਦਾ। ਤਾਂ ਉਹ ਸਾਈਟ ਆਫ ਸਿਲੈਕਸ਼ਨ ਮਤਲਬ ਪੌਦੇ ਲਾਉਣ ਦੀ ਜਿਹੜੀ ਜਗ੍ਹਾ ਉਹਦੀ ਚੋਣ, ਉਸ ਤੋਂ ਬਾਅਦ ਉੱਥੇ ਕਿਹੜਾ ਪੌਦਾ ਲੱਗਣਾ ਚਾਹੀਦਾ। ਹੁਣ ਇੱਕ ਪਾਸੇ ਸਾਡੇ ਕੋਲ ਬੋਹੜ ਹੈ ਤੇ ਇੱਕ ਪਾਸੇ ਪਪੀਤੇ ਦਾ ਬੂਟਾ ਹੈ, ਤੇ ਹੁਣ ਤੁਸੀਂ ਦੇਖੋ ਵੀ ਦੋਨਾਂ ਦੇ ਫਲਾਅ ਚ ਕਿੰਨਾ ਡਿਫਰੈਂਸ ਹੈ। ਬੜੀਆਂ ਸੰਸਥਾਵਾਂ ਨੇ ਉਹਦੇ ਵਿੱਚ ਬੜੇ ਉਹਨਾਂ ਦੇ ਵਲੰਟੀਅਰ ਹੁੰਦੇ, ਪਰ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਪਿੱਪਲ ਬੋਰਡ ਨੇ ਅੱਜ ਤੋਂ 20-50 ਸਾਲ ਬਾਅਦ ਕਿੱਥੇ ਜਾਣਾ, ਚਕਰਸੀ ਵਾਲੇ ਕਿੱਥੇ ਜਾਣਾ, ਨਿੰਮ ਨੇ ਕਿੱਥੇ ਜਾਣਾ, ਡੀਕ ਨੇ ਕਿੱਥੇ ਜਾਣਾ। ਸਭ ਇਹਦੇ ਵਿੱਚ ਸਰਵਾਈਵਲ ਰੇਟ ਜੇ ਅਸੀਂ ਵਧਾਉਣਾ ਤਾਂ ਸਾਡੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਟੈਕਨੀਕਲ ਬੰਦੇ ਨਾਲ ਜਿਹੜੀ ਹੈਗੀ ਆ ਟਾਈ ਅਪ ਕਰਨਾ ਚਾਹੀਦਾ। ਔਰ ਜਦੋਂ ਵੀ ਜੇ ਕੋਈ ਲਹਿਰ ਵੱਡੇ ਲੈਵਲ 'ਤੇ ਚਲਾਉਣੀ ਆ, ਵੱਡੇ ਦੀ ਗੱਲ ਨਹੀਂ ਈਵਨ ਛੋਟੇ ਲੈਵਲ 'ਤੇ ਵੀ ਚਲਾਉਣੀ ਆ, ਤਾਂ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ। ਜੇ ਆਪਾਂ ਗੱਲ ਕਰੀਏ ਜਿੱਦਾਂ ਹੁਣ ਇਹ ਕਮਲਜੀਤ ਹੋਰੀ ਪਿੰਡ 'ਚ ਕੰਮ ਕਰ ਰਿਹਾ, ਇਹ ਜਿੱਦਾਂ ਮੇਰੇ ਨਾਲ ਰਾਬਤਾ ਰੱਖਦੇ ਆ, ਤਾਂ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿੱਦਾਂ ਮੈਂ ਇੱਕ ਪਰਫੋਰਮਾ ਡਿਵੈਲਪ ਕੀਤਾ ਸੀ ਕਿ ਸਾਡੇ ਕੋਲ ਤਕਰੀਬਨ 15-20 ਸਥਾਨ ਨੇ, ਉੱਥੇ ਪਸ਼ੂ ਹਸਪਤਾਲ ਵੀ ਹੈ, ਉੱਥੇ ਸਿਵਲ ਹਸਪਤਾਲ ਵੀ ਹੈ, ਸਕੂਲ ਵੀ ਹੈ, ਸ਼ਮਸ਼ਾਨ ਘਾਟ ਵੀ ਹੈ। ਤਾਂ ਉਹ ਸਾਰੀਆਂ ਥਾਵਾਂ 'ਤੇ ਬੂਟਿਆਂ ਦੀ ਜਿਹੜੀ ਸਪੇਸ ਦੀ ਅਵੇਲੇਬਿਲਿਟੀ ਅਤੇ ਬੂਟੇ ਲਾਉਣੇ ਜਿਹੜੇ ਹੈਗੇ ਆ ਉਹ ਅਲੱਗ ਅਲੱਗ ਜਿਹੜੀਆਂ ਕਿਸਮਾਂ ਨੇ। ਪੌਦੇ ਜ਼ਰੂਰ ਲੱਗ ਜਾਂਦੇ ਨੇ ਪਰ ਉਹ ਥੋੜੇ ਦੇਰ ਬਾਅਦ ਸੁੱਕ ਜਾਂਦੇ ਨੇ, ਉਹਨਾਂ ਨੂੰ ਪਾਣੀ ਦੀ ਜਿਹੜੀ ਵਜ੍ਹਾ ਕਰਕੇ ਜਾਂ ਹੋਰ ਕਾਰਨਾਂ ਕਰਕੇ ਜਾਂ ਕੋਈ ਜਿਹੜੇ ਜਾਨਵਰ ਪਸ਼ੂ ਉਹ ਖਾ ਗਏ ਰਵਾਰਾ ਪਸ਼ੂ। ਫਿਰ ਉਹੀ ਪੁਆਇੰਟ ਫਿਰ ਆ ਗਿਆ ਜਿੱਦਾਂ ਕਿ ਇੱਕ ਤਾਂ ਇਹ ਕਿ ਸਾਨੂੰ ਜਿੱਦਾਂ ਜਿਹੜੀਆਂ ਵੱਖ ਵੱਖ ਸਪੀਸੀਜ਼ ਨੇ ਸਾਨੂੰ ਜਿੱਦਾਂ ਮੈਂ ਪਿੱਛੇ ਜੇ ਫਿਰ ਉਹੀ ਆਪਦੀ ਗੱਲ ਕਰੂੰਗਾ ਕਿ ਮੈਂ ਇੱਕ ਪਰਫੋਰਮਾ ਡਿਵੈਲਪ ਕੀਤਾ ਸੀ, ਉਸ ਤੋਂ ਬਾਅਦ ਮੈਂ ਹੁਣ ਕੈਟਾਗਰੀਜ਼ ਵਾਈਜ਼ ਇੱਕ ਪੇਜ ਡਿਵੈਲਪ ਕਰ ਰਿਹਾ ਸਾਰੇ ਬੂਟਿਆਂ ਲਈ। ਉਹਦੇ ਵਿੱਚ ਮੈਂ ਪਾਰਟੀਕੁਲਰਲੀ ਤਕਰੀਬਨ 15-20 ਕਿਸਮਾਂ ਨੇ ਜਿਨ੍ਹਾਂ ਨੂੰ ਪਸ਼ੂ ਖਾਂਦੇ ਹੀ ਨਹੀਂ, ਜਿਨ੍ਹਾਂ ਹਾਂ ਜਿਹਦੇ ਵਿੱਚ ਜਿਵੇਂ ਅਮਲਤਾਸ ਹੈ, ਪੀਲੀ ਕਨੇਰ ਹੈ, ਫਰਮਾਹ ਹੈ, ਤਾਂ ਉਹ ਇੱਦਾਂ ਦੇ ਜਿਹੜੇ ਵੱਖ ਵੱਖ ਕਰਾਉਂਦਾ ਹੈ, ਚਾਂਦਰੀ ਹੈ ਜੀ, ਇਹ ਬੜੇ ਇੱਦਾਂ ਦੇ ਪੌਦੇ ਆਕਸੀਜਨ ਇਹ ਵੀ ਉਨੀ ਉਸ ਤਰ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਬਿਲਕੁਲ ਕੋਈ ਇਹਨਾਂ 'ਚ ਡਿਫਰੈਂਸ ਨਹੀਂ ਹੈਗਾ। ਤੇ ਸੋ ਸਾਨੂੰ ਜਿੱਥੇ ਪਤਾ ਉਜਾੜਾ ਹੋਣਾ ਹੀ ਹੈ ਤਾਂ ਸਾਨੂੰ ਉਹ ਪੌਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ। ਕੋਈ ਇਸ ਤਰ੍ਹਾਂ ਦੀ ਵੈਬਸਾਈਟ ਹੈ ਜਾਂ ਕੋਈ ਹੈਲਪਲਾਈਨ ਨੰਬਰ ਜਿਸ ਤੋਂ ਜੇ ਕੋਈ ਜਿੱਥੇ ਵੀ ਬੈਠਾ ਹੋਵੇ ਉਹ ਜਾਣਕਾਰੀ ਹਾਸਲ। ਇਹਦੇ ਲਈ ਜੀ ਮੈਂ ਜਿਹੜਾ ਖੁਦ ਆਪਣਾ ਜਿਹੜਾ ਫੇਸਬੁੱਕ ਦਾ ਪੇਜ ਚਲਾ ਰਿਹਾ ਉਹਦੇ 'ਤੇ ਮੈਂ ਹਰੇਕ ਹਫ਼ਤੇ ਇੱਕ ਤਾਂ ਮੈਂ ਇੱਕ ਰੁੱਖ ਲਾਈਵ ਕਰਦਾ, ਉਹਦੀ ਕੀ ਹਿਸਟਰੀ ਆ, ਕੀ ਮੈਥੋਲੋਜੀ ਆ ਤੇ ਕੀ ਉਹਦੀ ਆਪਾਂ ਕੇਅਰ ਕਰ ਸਕਦੇ। ਪੇਜ ਦਾ ਨਾਮ ਦੱਸ ਦਿਓ ਤਾਂ ਕਿ ਉਹਦੇ ਥਰੂ ਕੋਈ ਇਨਫੋਰਮੇਸ਼ਨ ਲੈ ਸਕੇ। ਬਲਵਿੰਦਰ ਸਿੰਘ ਲੱਖੇਵਾਲੀ ਦੇ ਨਾਮ ਦੇ ਪੇਜ ਦੇ ਪੇਜ ਆ। ਠੀਕ ਹੈ ਸੁਪ੍ਰੀਤ ਜੀ, ਇੱਕ ਬਹੁਤ ਵੱਡੀ ਸਮੱਸਿਆ ਅਸੀਂ ਦੇਖ ਰਹੇ ਹਾਂ, ਹਾਲਾਂਕਿ ਉਂਗਲ ਚੁੱਕਣਾ ਬੜਾ ਔਖਾ ਲੱਗਦਾ ਹੈ, ਬਹੁਤ ਸਾਰੇ ਗੁਰਦੁਆਰਾ ਸਾਹਿਬ ਅਸੀਂ ਦੇਖਦੇ ਹਾਂ ਕਿ ਮਾਰਬਲ ਮਾਰਬਲ ਹੋ ਚੁੱਕੇ ਆ, ਜਿਹੜੇ ਬੂਟੇ ਕਿਤੇ ਨਾ ਕਿਤੇ ਉਹ ਦਰਕਿਨਾਰ ਹੋ ਗਏ ਨੇ, ਪੌਦੇ ਜਿੱਥੇ ਸ਼ਾਨਦਾਰ ਰੁੱਖ ਜਾਂ ਫਲਦਾਰ ਰੁੱਖ, ਕਿਤੇ ਨਾ ਕਿਤੇ ਇਹ ਸਮਝ ਲਿਆ ਜਾਂਦਾ ਕਿ ਉਹਦੇ ਨਾਲ ਜਿਹੜਾ ਗੰਦ ਪੈਂਦਾ ਜਾਂ ਝਾੜੂ ਜਿਹੜਾ ਜ਼ਿਆਦਾ ਮੈਨੂੰ ਲੱਗਦਾ, ਇਹ ਸਾਡੀ ਸੋਚ ਬਣਦੀ ਜਾ ਰਹੀ ਆ। ਅੱਗੇ ਸਾਡੇ ਵਿਹੜਿਆਂ ਦੇ ਵਿੱਚ ਵੀ ਰੁੱਖ ਹੁੰਦੇ ਸੀ, ਹੁਣ ਉਹ ਵੀ ਕਿਤੇ ਦਿਖਦਾ ਨਹੀਂ ਹੈਗਾ। ਹਾਂਜੀ ਹਾਂਜੀ, ਨਹੀਂ ਇਹ ਤਾਂ ਜੀ ਇਸ ਤਰ੍ਹਾਂ ਕਿ ਹੁਣ ਉਹੀ ਹੈ ਕਿ ਗੁਰਦੁਆਰੇ ਅੰਦਰ ਜਾਂਦੇ ਹਾਂ ਤੇ ਸਾਰਾ ਚਿੱਟਾ ਚਿੱਟਾ ਹੀ ਦਿਸਦਾ, ਜੇ ਰੁੱਖ ਲੱਭਣਾ ਹੋਏ ਤੇ ਸਾਨੂੰ ਦੇਖਣਾ ਪੈਂਦਾ ਵੀ ਕਿੱਥੇ ਰੁੱਖ, ਤੇ ਗੁਰਦੁਆਰੇ ਤੋਂ ਬਾਹਰ ਹੀ ਰੁੱਖ ਨਜ਼ਰ ਆਉਂਦਾ। ਸੋ ਜੇ ਅਸੀਂ ਹੁਣ, ਮੈਂ ਕਹਿਣਾ ਪਤਾ ਨਹੀਂ ਮੇਰਾ ਠੀਕ ਹੈ ਕਿ ਨਹੀਂ, ਜੇ ਅਸੀਂ ਹੁਣ ਗੋਲਡਨ ਟੈਂਪਲ 'ਚ ਵੀ ਜਾਂਦੇ ਹਾਂ ਤੇ ਉੱਥੇ ਵੀ ਉਹਨਾਂ ਨੇ ਗਮਲਿਆਂ ਦੇ ਵਿੱਚ ਲਗਾਏ ਹੋਏ ਨੇ, ਉਹ ਵੀ ਗਮਲਿਆਂ ਦੀ ਕੇਅਰ ਉਨੀ ਮੈਨੂੰ ਲੱਗਦਾ ਸਾਨੂੰ ਕਰਨੀ ਪੈਂਦੀ ਹੈ ਜਿੰਨੀ ਜੇ ਮਿੱਟੀ 'ਚ ਰੁੱਖ ਲੱਗਾ ਹੋਏ ਤੇ ਉਹਦੀ ਕਰਨੀ ਪੈਂਦੀ ਹੈ। ਸੋ ਇਹਦੇ ਬਜਾਏ ਮੈਨੂੰ ਨਹੀਂ ਇਹ ਲੱਗਦਾ ਵੀ ਇਹ ਠੀਕ ਹੋ ਰਿਹਾ, ਤੇ ਜੇ ਹੋ ਰਿਹਾ ਤੇ ਇਹਦੇ ਲਈ ਸਾਨੂੰ ਖਾਸ, ਜਿਵੇਂ ਅੱਜ ਕੱਲ੍ਹ ਹੁੰਦਾ ਕਿ ਪੂਰਾ ਫਰਸ਼ ਨਾ ਵੀ ਕਵਰ ਕਰੋ, ਤੁਸੀਂ ਥੋੜ੍ਹੀ ਸਾਈਡ 'ਤੇ ਜਗ੍ਹਾ ਛੱਡ ਦਿਓ ਤਾਂ ਕਿ ਉਹ ਗ੍ਰੀਨ ਕਵਰ, ਇੱਕ ਗ੍ਰੀਨ ਜਿਹੜੀ ਬੈਲਟ ਹੈ
ਉਹ ਗੁਰਦੁਆਰਾ ਸਾਹਿਬਾਂ ਕਿਉਂਕਿ ਉਹਨਾਂ ਨੇ ਲੈਣੀ ਹੈ ਜੀ, ਲੀ ਲੈਣੀ ਹੈ ਬਾਕੀ ਸਾਰਿਆਂ ਨੇ ਉਹਨਾਂ ਤੋਂ, ਉੱਥੋਂ ਹੀ ਤੁਰਦੀ ਹੈ ਜੀ। ਚਾਹੇ ਉਹ ਕਿਚਨ ਗਾਰਡਨਿੰਗ ਹੋਏ, ਗੁਰਦੁਆਰੇ ਵਿੱਚ ਲੰਗਰ ਬਣਾਇਆ ਜਾਂਦਾ ਹੈ, ਤੇ ਸਬਜ਼ੀਆਂ ਕਿਉਂ ਨਾ ਗੁਰਦੁਆਰੇ ਵਿੱਚ ਹੀ ਉਗਾਈਆਂ ਜਾਣ, ਤਾਂ ਕਿ ਉਹਨਾਂ ਸਬਜ਼ੀਆਂ ਦਾ ਹੀ ਅਸੀਂ ਲੰਗਰ ਜਿਹੜਾ ਹੈ ਉਹ ਆਪਣੇ ਜਿਹੜੇ ਗੁਰਦੁਆਰੇ ਆਉਂਦੇ ਨੇ ਦਰਸ਼ਨ ਕਰਨ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਆਰਗੈਨਿਕ ਕਨਸੈਪਟ ਜਿਹੜਾ ਸ਼ੁਰੂ ਕੀਤਾ ਸੀਗਾ। ਬਿਲਕੁਲ ਬਿਲਕੁਲ। ਸੋ ਇੱਕ ਕਿਚਨ ਗਾਰਡਨਿੰਗ ਵੀ ਇਨਕਰੇਜ ਕਰਨੀ ਚਾਹੀਦੀ ਸਾਨੂੰ, ਸਿਰਫ ਇਹ ਪੱਖ ਨਹੀਂ ਦੇਖਣਾ ਚਾਹੀਦਾ ਵੀ ਰੁੱਖ ਲਾਵਾਂਗੇ ਤਾਂ ਹੀ ਵਾਤਾਵਰਨ ਜਿਹੜਾ ਬਚੇਗਾ, ਜੇ ਅਸੀਂ ਕਿਚਨ ਗਾਰਡਨਿੰਗ ਕਰ ਲਈਏ, ਛੋਟੇ ਪੌਦੇ ਲਾ ਲਈਏ, ਉਹਦੇ ਨਾਲ ਵੀ ਅਸੀਂ ਵਾਤਾਵਰਨ ਬਿਲਕੁਲ ਬਿਲਕੁਲ। ਜੀ ਤੇ ਤੁਹਾਡਾ ਰਿਐਕਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਹਾਂਜੀ ਦੇਖੋ, ਜਿੱਦਾਂ ਇਹਨਾਂ ਨੇ ਗੱਲ ਕੀਤੀ ਸੀਗੀ ਕਿ ਮੇਰੇ ਖਿਆਲ ਇਹ ਸਾਨੂੰ ਬੜੀ ਓਪਨਲੀ, ਮੈਂ ਮੰਨਦਾ, ਮੈਂ ਖੁਦ ਸਿੱਖ ਹਾਂ ਅਤੇ ਸਾਡੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉੱਥੇ ਅਸੀਂ ਮੰਜ਼ਿਲਾਂ ਪੱਕਾ ਕਰਤਾ, ਮੰਜ਼ਿਲਾਂ ਖੜੀਆਂ ਕਰਤੇ ਹਾਂ, ਚਾਹੇ ਅਸੀਂ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਚਾਹੇ ਕਿਸੇ ਪਿੰਡ 'ਚ ਲੱਗੇ ਹੋਏ ਬਣਾਏ ਹੋਏ ਗੁਰਦੁਆਰਾ ਸਾਹਿਬ ਦੀ। ਅਤੇ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਕਿ ਜੇ ਅਸੀਂ ਕੰਕਰੀਟ ਕਰ ਲਿਆ ਕੋਈ ਦਿੱਕਤ ਨਹੀਂ। ਦਰਬਾਰ ਸਾਹਿਬ ਲਈ ਮੈਂ ਇੱਕ ਜਿੱਦਾਂ ਹੁਣ ਪਲੈਨਿੰਗ ਚੱਲ ਰਹੀ ਹੈ, ਮੈਂ ਕਰ ਰਿਹਾ, ਉਹ ਸਿਰੇ ਪਰਮਾਤਮਾ ਮੈਨੂੰ ਲੱਗਦਾ ਸ਼ਾਇਦ ਚੜਾਵੇ। ਜੇ ਅਸੀਂ ਨਹੀਂ ਵੀ ਫਰਸ਼ ਨੂੰ ਡਿਸਟਰਬ ਕਰਨਾ ਤਾਂ ਅਸੀਂ ਵੱਡੇ ਪੋਟ ਜਿਹਨੂੰ ਅਸੀਂ ਸੋਚ ਨਹੀਂ ਸਕਦੇ ਇੰਡੀਅਨ ਲੋਕ ਵੀ ਘੱਟੋ ਘੱਟ ਉਹਦਾ ਸਾਈਜ਼ 10 ਤੋਂ 12 ਫੁੱਟ ਦਾ ਹੋਵੇ, ਉਹਦੇ ਵਿੱਚ ਕੁਛ ਪਲਾਂਟਸ ਦੀਆਂ ਸਪੀਸੀਜ਼ ਰੁੱਖਾਂ ਦੀਆਂ ਇਹ ਹੈਗੀਆਂ ਜਿਹੜੀਆਂ ਉਹਦੇ ਵਿੱਚ ਲਾਈਆਂ ਜਾ ਸਕਦੀਆਂ। ਠੀਕ ਹੈ। ਤਾਂ ਸੋ ਜੇ ਅਸੀਂ ਗਲਿਆਰੇ ਪੱਕੇ ਕਰਦੇ ਆ, ਸਾਡੀਆਂ ਉਹਨਾਂ ਭਾਵਨਾਵਾਂ ਜੁੜੀਆਂ ਹੋਈਆਂ ਵੀ ਅਸੀਂ ਦੁਬਾਰਾ ਨਹੀਂ ਪੱਟਣਾ, ਤੇ ਅਸੀਂ ਵੱਡੇ ਪੌਟਸ ਕੁਝ ਪਾਰਟੀਕੂਲਰ ਸਪੀਸੀਜ਼ ਜਾਂ ਜਿਹੜੇ ਹਜੇ ਗੁਰਦੁਆਰੇ ਦੁਆਰਾ ਤੋਂ ਬਣ ਰਹੇ ਨੇ, ਬਹੁਤ ਇਮਾਰਤਾਂ ਨੇ ਜਿਹੜੀਆਂ ਬਣ ਰਹੀਆਂ, ਉੱਥੇ ਮੈਨੂੰ ਲੱਗਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਉੱਥੇ ਤਾਂ ਜਿਹੜਾ ਹੈਗਾ ਇਹ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਜਿੱਥੇ ਜਦੋਂ ਆਪਾਂ ਕਿਸੇ ਧਰਮ ਨਾਲ ਜੁੜ ਜਾਂਦੇ ਹਾਂ ਤਾਂ ਉੱਥੇ ਮੈਸੇਜ ਜ਼ਿਆਦਾ ਸਪਰੈਡ ਹੁੰਦਾ, ਤੇ ਸਾਨੂੰ ਮੇਰੇ ਖਿਆਲ ਕਿ ਜੇ ਅਸੀਂ 1 ਏਕੜ 'ਚ ਗੁਰਦੁਆਰਾ ਸਾਹਿਬ ਬਣ ਰਿਹਾ ਤੇ ਜੇ ਗੁਰੂ ਸਾਹਿਬ ਨੇ ਸਾਫ਼ ਧਰਤ ਪਈ ਹਰਿਆਵਲੀ ਦੀ ਗੱਲ ਕੀਤੀ ਸੀ ਤੇ ਸਾਨੂੰ ਕਮ ਸੇ ਕਮ ਉਹਦਾ 20-30% ਏਰੀਆ ਤਾਂ ਗ੍ਰੀਨ ਰੱਖਣਾ ਚਾਹੀਦਾ। ਹਾਲਾਂਕਿ ਉੱਥੇ ਮਨ ਨੂੰ ਸ਼ਾਂਤੀ, ਜਿੱਥੇ ਪੌਦੇ ਬੂਟੇ ਜ਼ਿਆਦਾ ਹੋਣ ਉੱਥੇ ਬੜਾ ਪਰਿੰਦੇ ਵੀ ਆਉਂਦੇ ਨੇ ਜਾਂ ਹੋਰ ਵੀ ਜਿਹੜੀਆਂ, ਉਹ ਤੇ ਵਾਤਾਵਰਨ ਜ਼ਿਆਦਾ ਸ਼ੁੱਧ ਸਾਨੂੰ ਲੱਗਦਾ। ਕੁਨਰ ਸਾਹਿਬ, ਇੱਕ ਜਿਹੜੀ ਸਮੱਸਿਆ ਸਾਡੇ ਸਾਹਮਣੇ ਆ ਰਹੀ ਹੈ ਕਿ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਡਿਵੈਲਪਮੈਂਟ ਜਦੋਂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਰਾ ਜਿਹੜਾ ਉਹ ਪੌਦਿਆਂ 'ਤੇ ਚੱਲਦਾ, ਪਰ ਕਿਤੇ ਨਾ ਕਿਤੇ ਬਾਹਰ ਰਹੇ ਕਈ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਟ੍ਰਾਂਸਪਲਾਂਟ ਕੀਤੇ ਜਾਂਦੇ ਨੇ, ਬਹੁਤ ਵੱਡੇ ਜੇ ਕੇ ਰੁੱਖ ਵੀ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਲਾ ਲਿਆ ਜਾਂਦਾ, ਪਰ ਹਾਲੇ ਸਾਡੇ ਇੱਥੇ ਜਿਹੜਾ ਅਜਿਹਾ ਪ੍ਰੋਵੀਜ਼ਨ ਨਹੀਂ ਹੈਗੀ। ਇਹਦੇ ਵਿੱਚ ਮਸ਼ੀਨਰੀ ਦੀ ਜ਼ਰੂਰਤ ਪੈਂਦੀ ਹੈ ਜੀ, ਮੇਰੇ ਕੋਲ ਪਿਛਲੇ ਸਮੇਂ ਵਿੱਚ ਵੀ ਇਹ ਮੰਗ ਉੱਠਦੀ ਰਹੀ ਹੈ ਜੀ ਕਿ ਉਸ ਤਰ੍ਹਾਂ ਦੀਆਂ ਮਸ਼ੀਨਾਂ ਇੱਥੇ ਲਿਆਂਦੀਆਂ ਜਾਣ। ਮੈਨੂੰ ਬੜੀ ਖੁਸ਼ੀ ਹੋਈ, ਮੇਰੇ ਜੁਆਇਨ ਕਰਨ ਤੋਂ ਬਾਅਦ ਹੀ ਕੁਝ ਦਿਨਾਂ ਬਾਅਦ ਇੱਥੇ ਕਿਸੇ ਸੰਸਥਾ ਵੱਲੋਂ ਪਿੱਪਲ ਦੇ ਵੱਡੇ ਵੱਡੇ ਰੁੱਖ ਉਹਦੇ ਉਹਨਾਂ ਟ੍ਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਐਫਰਟ ਜਿਹੜੀ ਹੈਗੀ ਉਹ ਬਹੁਤ ਵਧੀਆ ਜੀ, ਔਰ ਲੋਕਾਂ ਲਈ ਬਹੁਤ ਵੱਡਾ ਸਬਕ ਸੀਗਾ। ਜੰਗਲਾਤ ਵਿਭਾਗ ਵੀ ਇਸ ਤਰ੍ਹਾਂ ਮੈਨੂੰ ਲੱਗਦਾ ਟ੍ਰਾਂਸਪਲਾਂਟ ਜੇਕਰ ਸੋਚੇ, ਚਾਹੇ ਹਾਲਾਂਕਿ ਬਹੁਤ ਵੱਡੀ ਸਰਕਾਰ ਕੋਲ ਬਜਟ ਹੁੰਦੇ ਨੇ, ਸਾਰਾ ਕੁਛ ਹੁੰਦਾ, ਕਿਤੇ ਨਾ ਕਿਤੇ ਜੇ ਥੋੜ੍ਹੇ ਬਹੁਤੇ ਰੁੱਖਾਂ ਦੀ ਕੀਤੀ ਜਾਵੇ ਤਾਂ ਬਚਾਇਆ ਜਾ ਸਕਦਾ। ਹਾਂ, ਇਹਦੇ ਲਈ ਮੈਂ ਆਪਣੇ ਜਿਹੜੇ ਉੱਚ ਅਧਿਕਾਰੀਆਂ ਨਾਲ ਗੱਲ ਕਰਾਂਗਾ ਜੀ, ਤੇ ਇਹ ਮੈਸੇਜ ਅਕਵਾਲ ਸਾਹਿਬ ਟ੍ਰਾਂਸਪਲਾਂਟ, ਕਿਉਂਕਿ ਬਹੁਤ ਲੋਕਾਂ ਦਾ ਇਹ ਮੰਨਣਾ ਕਿ ਸੁੱਕ ਜਾਵੇਗਾ ਰੁੱਖ, ਦੁਆਰਾ ਲੱਗੇਗਾ ਨਹੀਂ, ਇਹ ਕਿਹੜੇ ਕਿਹੜੇ ਸਾਨੂੰ ਇਹਦੇ ਬਾਰੇ ਵੀ ਦੱਸੋ। ਜਿੱਦਾਂ ਬੜੇ ਜਿਹੜੀਆਂ ਰੁੱਖਾਂ ਦੀਆਂ ਕਿਸਮਾਂ ਹੈਗੀਆਂ ਨੇ ਤੇ ਉਹ ਸਾਰੀਆਂ ਨੂੰ ਟ੍ਰਾਂਸਪਲਾਂਟ ਨਹੀਂ ਕੀਤਾ ਜਾ ਸਕਦਾ। ਅੱਛਾ ਜੀ। ਪਾਰਟੀਕੂਲਰਲੀ ਇੱਕ ਟੈਕਨੀਕਲੀ ਜਿਵੇਂ ਅਸੀਂ ਪਿੱਪਲ ਫੈਮਿਲੀ, ਫਾਈਕਸ ਫੈਮਿਲੀ ਕਹਿੰਦੇ ਹਾਂ, ਇਹ 'ਚ ਪਿੱਪਲ ਆਉਂਦਾ, ਬੋਹੜ ਆਉਂਦਾ, ਪਿਲਕਣ ਆਉਂਦੀ ਆ, ਇਸ ਤੋਂ ਬਿਨਾਂ ਜਿੱਦਾਂ ਇੱਕ ਪਗੋਡਾ ਟੈਂਪਲ ਟ੍ਰੀ ਜਿਹਨੂੰ ਕਹਿੰਦੇ ਆ, ਟਰਮੀਨੇਲੀਆ, ਇਹ ਕੁਝ ਪਲਾਂਟਸ ਦੀਆਂ ਸਪੀਸੀਜ਼ ਨੇ ਜਿਨ੍ਹਾਂ ਨੂੰ ਅਸੀਂ 20-30 ਫੁੱਟ ਤੋਂ ਵੱਡਿਆਂ ਨੂੰ ਵੀ ਟ੍ਰਾਂਸਪਲਾਂਟ ਕਰ ਸਕਦੇ ਹਾਂ ਜੀ। ਇਹ ਜਸਟ ਦੋ ਚੀਜ਼ਾਂ ਦੀ ਘਾਟ ਹੈ, ਜਿਹੜੀ ਇੱਕ ਅਵੇਅਰਨੈਸ ਦੀ ਤੇ ਇੱਕ ਟੈਕਨੀਕਲ ਐਜੂਕੇਸ਼ਨ ਦੀ ਕਹਿ ਲਓ, ਅਵੇਅਰਨੈਸ ਦੀ ਕਹਿ ਲਓ। ਜੇ ਉਹ ਲੋਕਾਂ ਤੱਕ ਸਹੀ ਇਹਦਾ ਰਾਬਤਾ ਬਣ ਜਾਏ ਤਾਂ ਡੈਫੀਨੇਟਲੀ ਅਸੀਂ ਖਾਸ ਕਰਕੇ ਜਿਹੜੇ ਕੁਛ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਦਰਬਾਰ ਸਾਹਿਬ ਦੀ, ਹੁਣ ਉੱਥੇ 5-7 ਜਿਹੜੇ ਹੈਗੇ ਵੱਡੇ ਜਿਹੜੇ ਜਿੱਦਾਂ ਮੈਂ ਗੱਲ ਕੀਤੀ 10-12 ਫੁੱਟ ਦੇ ਜਿਹੜੇ ਰੱਖਣੇ ਆਪਾਂ ਪੋਟ ਗਮਲੇ, ਤੇ ਉਹਨਾਂ ਚ ਇਹਨਾਂ ਦੀਆਂ ਕੁਝ ਕਿਸਮਾਂ ਨੇ ਉੱਥੇ ਟ੍ਰਾਂਸਪਲਾਂਟ ਹੋ ਸਕਦੀਆਂ ਨੇ। ਠੀਕ ਹੈ, ਇੱਕ ਲੱਖੇ ਵਾਲੇ ਤੌਰ ਤੇ ਹੋਰ ਸਮਝਣਾ ਚਾਹਾਂਗੇ ਕਿ ਅਸੀਂ ਕਈ ਵਾਰੀ
ਜਿਹੜੇ ਰੁੱਖ ਜਿਸ ਤਰ੍ਹਾਂ ਹੁਣ ਲਗਾ ਰਹੇ ਆ, ਸਾਡੇ ਜਿਹੜੇ ਵਾਤਾਵਰਨ ਦੇ ਨਾਲ ਤਾਲਮੇਲ ਜਿਨ੍ਹਾਂ ਦਾ ਨਹੀਂ ਹੈਗਾ, ਜਿਨ੍ਹਾਂ ਦੇ ਜਿਹੜੇ ਪੰਜਾਬ ਦੇ ਵਿੱਚ ਨਹੀਂ, ਜਿਹੜੇ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਸਾਊਦੀ ਅਰਬ ਤੋਂ ਲੈ ਕੇ ਆਉਂਦੇ ਨੇ ਜਾਂ ਹੋਰ ਜਿਹੜੇ ਫੈਸ਼ਨ ਦੇ ਲਈ ਆਪਾਂ ਨੂੰ ਲੱਗਦੇ ਨੇ, ਉਹਨਾਂ ਦਾ ਇੱਥੇ ਲੈ ਆਉਂਦੇ ਨੇ, ਪਰ ਉਹਨਾਂ ਨੂੰ ਆਪਣੇ ਨਾਲ ਜਿਹੜੇ ਵਾਤਾਵਰਨ ਉਹਨਾਂ ਲਈ ਅਲਾਓ ਨਹੀਂ ਕਰਦਾ ਸਹੀ ਜਿਹੜਾ। ਦੇਖੋ ਰਾਣਾ ਜੀ, ਅਸਲ 'ਚ ਹੋਇਆ ਕੀ ਕਿ ਪਿਛਲੇ 20-30 ਸਾਲ 'ਚ ਜਿਹੜਾ ਇਸ ਫੀਲਡ 'ਚ ਵੀ ਵਪਾਰੀਕਰਨ ਹੋ ਗਿਆ। ਹਾਂਜੀ, ਜਿਹੜਾ ਸਾਡਾ ਇੰਡੀਆ ਦੇ ਵਿੱਚੋਂ ਗਾ ਜਿਹੜਾ ਪੰਜਾਬ ਦਾ ਫਲੋਰਾ ਸੀਗਾ, ਵਿਰਾਸਤੀ ਰੁੱਖ ਸੀ, ਉਹਨੂੰ ਪਾਸੇ ਕਰਕੇ ਜਿੰਨੀਆਂ ਪ੍ਰਾਈਵੇਟ ਨਰਸਰੀਆਂ ਸੀ, ਹੁਣ ਇਹਨਾਂ ਕੋਲ ਜ਼ਿਆਦਾਤਰ ਪਾਮ ਜਾਤੀ ਦੇ ਬੂਟੇ ਆਉਂਦੇ ਆ। ਉਹ ਜ਼ਿਆਦਾਤਰ ਸਾਰੇ ਕੋਸਟਲ ਏਰੀਆ ਦੇ ਨੇ। ਹਾਂਜੀ, ਉਹ ਜਦੋਂ ਉੱਥੋਂ ਆਉਂਦੇ ਆ ਜਾਂ ਨਰਸਰੀ 'ਚ ਅੰਡਰ ਪੂਰੀ ਕੇਅਰ ਪਾਏ ਹੁੰਦੇ ਆ ਤਾਂ ਗ੍ਰੀਨ ਹੁੰਦੇ ਆ, ਜਦੋਂ ਉਹ ਆਪਣੇ ਘਰਾਂ 'ਚ ਬਗੀਚੀਆਂ 'ਚ ਜਾਂਦੇ ਆ ਉਹਨਾਂ ਨੂੰ ਲਾ ਦਿੱਤਾ ਜਾਂਦਾ ਅਤੇ ਉਹ ਆਪਦਾ ਰੰਗ ਵੀ ਛੱਡ ਜਾਂਦੇ ਆ। ਔਰ ਸੈਕੰਡਲੀ ਉਹਦੀ ਇੱਕ ਵੱਡੀ ਗੱਲ ਇਹ ਕਿ ਜਿੱਦਾਂ ਜੇ ਵਿਰਕੇ ਹੇਠ ਸਭੇ ਜਨਤਕ ਇਕੱਠੇ ਤਾਂ ਉੱਥੇ ਹੋਣਗੇ ਜਿੱਥੇ ਸਾਡੇ ਖਿੱਤੇ ਦੇ ਬੂਟੇ ਲੱਗਣਗੇ। ਬਿਲਕੁਲ, ਹੁਣ ਪਾਮ ਜਾਤੀ ਨੂੰ ਨਾ ਤਾਂ ਕੋਈ ਉਹਨੂੰ ਗੋਲਾ ਲੱਗਣੀਆਂ ਜਾਂ ਉਹਨੂੰ ਨਾ ਕੋਈ ਫਰੂਟ ਲੱਗਣਾ, ਨਾ ਉਹ 'ਤੇ ਪੰਛੀ ਆਉਣਾ, ਨਾ ਉਹ ਕਿਸੇ ਜਾਨਵਰ ਦੇ ਕੰਮ ਆਉਣੇ ਆ। ਅਤੇ ਜਿਹੜੇ ਸਾਡੇ ਵਿਰਾਸਤੀ ਰੁੱਖ ਹੈ ਅਤੇ ਉਹਦੇ 'ਚ ਜੇ ਹੁਣ ਆਪਾਂ ਗੱਲ ਕਰ ਲਈਏ ਸੁਹਾਂਜਣੇ ਦੀ ਕਰ ਲਈਏ, ਆਮਲੇ ਦੀ ਗੱਲ ਕਰ ਲਈਏ, ਨਿੰਮ ਦੀ ਗੱਲ ਕਰ ਲਈਏ, ਇਹਨਾਂ ਦਾ ਇਕੱਲਾ ਇਕੱਲਾ ਪਾਰਟ ਸਾਡੇ ਕੰਮ ਆਉਂਦਾ। ਠੀਕ ਹੈ ਸੁਪ੍ਰੀਤ ਜੀ, ਇੱਕੋ ਸਿੱਖ ਜਿਹੜਾ ਉਹ ਤੁਸੀਂ, ਅਸੀਂ ਦੇਖਿਆ ਕਿ ਸਰਬ ਧਰਮ ਨੂੰ ਨਾਲ ਲੈ ਕੇ ਚੱਲ ਰਿਹਾ, ਅਤੇ ਕਿਹੜੇ ਕਿਹੜੇ ਪੌਦੇ ਤੁਸੀਂ ਲਗਾ ਰਹੇ ਹੋ, ਕਿਸ ਤਰ੍ਹਾਂ ਦੇ ਜ਼ਿਆਦਾ ਪ੍ਰੈਫਰ ਕਰ ਰਹੇ? ਇਸ ਤਰ੍ਹਾਂ ਹੈਗਾ ਜੀ ਕਿ ਅਸੀਂ ਅੱਜ ਤੱਕ ਜਿਹੜਾ ਪਲਾਂਟੇਸ਼ਨ ਕੀਤੀ ਹੈ ਉਹ 2000 ਰੁੱਖ ਲਗਾਏ ਨੇ ਏਅਰਫੋਰਸ ਸਟੇਸ਼ਨ ਅੰਮ੍ਰਿਤਸਰ ਜੀ ਦੇ ਵਿੱਚ, ਅਤੇ ਇਹਦੇ ਨਾਲ ਨਾਲ ਅਸੀਂ ਸੰਸਥਾਵਾਂ ਨਾਲ ਮਿਲ ਕੇ ਪਲਾਂਟੇਸ਼ਨ ਕਰਦੇ ਹਾਂ, ਜਿਵੇਂ ਆਪਣਾ ਲੁਧਿਆਣੇ ਦੇ ਵਿੱਚ ਸਰਾਭਾ ਨਗਰ ਗੁਰਦੁਆਰਾ ਹੈਗਾ ਜੀ, ਉਹਦੇ ਨਾਲ ਨਾਲ ਗੁਰੂ ਨਾਨਕ ਪਬਲਿਕ ਸਕੂਲ ਹੈ, ਦੁਰਾਹਾ ਪਬਲਿਕ ਸਕੂਲ ਹੈ, ਇੱਥੇ ਪਿੱਛੇ ਸਾਡੇ ਕੋਲ ਫੋਰਨ ਤੋਂ ਇੱਕ ਗਰੁੱਪ ਆਏ ਹੋਏ ਸੀ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਦਾ, ਉਹਨਾਂ ਦੇ ਨਾਲ ਸਟੂਡੈਂਟਸ ਆਏ ਸੀ, ਉਹਨਾਂ ਨੇ ਹੁਣ ਕਦੀ ਦੇਖਿਆ ਹੀ ਨਹੀਂ ਕਿ ਇੱਕ ਦਰਖਤ ਨੂੰ ਲਾਇਆ ਕਿਵੇਂ ਜਾਂਦਾ, ਸੋ ਉਹਨਾਂ ਵਾਸਤੇ ਅਸੀਂ ਸਪੈਸ਼ਲੀ ਇੱਕ ਪਲਾਂਟੇਸ਼ਨ ਡਰਾਈਵ ਰੱਖੀ ਜਿਹਦੇ ਵਿੱਚ ਅਸੀਂ ਪਪੀਤੇ ਦੇ, ਚੀਕੂ ਦੇ, ਇਹ ਜਿਹੜੇ ਨਿੰਬੂ ਦੇ, ਇਹ ਦਰਖਤ ਜਿਹੜੇ ਉਹਨਾਂ ਤੋਂ ਲਵਾਏ ਤੇ ਉਹਨਾਂ ਨੂੰ ਬੜਾ ਚੰਗਾ ਲੱਗਿਆ। ਸੁਪ੍ਰੀਤ ਜੀ, ਇੱਕ ਹੋਰ ਸਵਾਲ ਹੈ ਕਿ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਲੋਕ, ਤਾਂ ਹੁਣ ਘਰਾਂ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਲੋਕ ਜੁੜ ਗਏ ਨੇ ਜਿਹੜੇ ਗਮਲਿਆਂ ਦੇ ਵਿੱਚ ਲਗਾਉਂਦੇ ਨੇ ਪੌਦੇ ਬਹੁਤ, ਤੇ ਉਹ ਕਿਸ ਤਰ੍ਹਾਂ ਜਿਹੜਾ ਆਪਾਂ ਵਧਾਵਾ ਦੇ ਸਕੀਏ? ਇਸ ਤਰ੍ਹਾਂ ਹੈ ਜੀ ਕਿ ਜਦੋਂ ਅਸੀਂ ਬੂਟਾ ਪ੍ਰਸ਼ਾਦ ਵੀ ਸ਼ੁਰੂ ਕਰ ਰਹੇ ਹਾਂ ਨਾਲ ਨਾਲ, ਅਤੇ ਨਾਲ ਨਾਲ ਘਰਾਂ ਦੇ ਵਿੱਚ ਅਸੀਂ ਸੈਪਲਿੰਗਸ ਦਿੰਦੇ ਹਾਂ, ਜਿਵੇਂ ਆਪਾਂ ਕਹਿ ਲਓ ਘਰ ਦੇ ਵਿੱਚ ਹਰੀ ਮਿਰਚ ਵਰਤਦੇ ਹਾਂ ਅਸੀਂ ਰਸੋਈ ਦੇ ਵਿੱਚ, ਅਤੇ ਉਹਨੂੰ ਹਰੀ ਮਿਰਚ ਦਾ ਬੂਟਾ ਤੁਸੀਂ ਲਾ ਲਓ ਗਮਲੇ ਦੇ ਵਿੱਚ, ਠੀਕ ਹੈ ਜੀ, ਟਮਾਟਰ ਲੱਗ ਸਕਦਾ, ਬਤਾਉਂ ਲੱਗ ਸਕਦੇ ਨੇ, ਸੋ ਜਿਹੜੇ ਬੂਟੇ ਛੋਟੇ ਰਹਿੰਦੇ ਨੇ ਔਰ ਜਿਹੜੇ ਸਾਡੇ ਕੰਮ ਵੀ ਆਉਂਦੇ ਨੇ ਤੇ ਰੋਜ਼ਮਰਰਾ ਸਾਨੂੰ ਖਰੀਦਣੇ ਵੀ ਪੈਂਦੇ ਨੇ, ਧਨੀਆ ਹੈ, ਉਹ ਗਮਲਿਆਂ ਦੇ ਵਿੱਚ ਹੋ ਸਕਦੇ ਨੇ, ਉਹ ਬੜੇ ਆਰਾਮ ਨਾਲ ਗਮਲਿਆਂ ਦੇ ਵਿੱਚ ਜਿਹੜੇ ਨੇ, ਜ਼ਰੂਰੀ ਨਹੀਂ ਵੀ ਸਾਡੇ ਕੋਲੇ ਉੱਥੇ ਜ਼ਮੀਨ ਜਾਂ ਧਰਤੀ ਹੋਵੇ, ਕਿਉਂਕਿ ਹੁਣ ਕਈ ਬਹੁ ਮੰਜ਼ਿਲਾ ਇਮਾਰਤਾਂ ਨੇ ਤੇ ਆਪਣੇ ਕੋਲੇ ਉਹਨਾਂ ਦੀ ਜਗ੍ਹਾ ਨਹੀਂ ਰਹੀ ਜਿਸ ਤੋਂ ਪਹਿਲਾਂ ਸੀ। ਨਹੀਂ, ਈਵਨ ਫਰੂਟ ਪਲਾਂਟ ਜਿਹੜੇ ਹੈਗੇ, ਬਟ ਕੁਝ ਫਰੂਟ ਪਲਾਂਟ ਨੇ ਜਿਵੇਂ ਪਪੀਤਾ, ਅਮਰੂਦ ਆ, ਨਿੰਬੂ ਦੀਆਂ ਕਈ ਕਿਸਮਾਂ ਨੇ ਜਿਹੜੀਆਂ ਹੈਗੀਆਂ, ਇਹ ਵੱਡੇ ਪੌਟ ਦੇ ਵਿੱਚ ਗਮਲਿਆਂ 'ਚ ਗਾਈਆਂ ਜਾਂਦੀਆਂ ਜੀ। ਠੀਕ ਹੈ ਕਮਲਜੀਤ ਜੀ, ਇੱਕ ਅਸੀਂ ਪਿੰਡਾਂ ਨੂੰ ਅਸੀਂ ਵੀ ਬਿਲੋਂਗ ਕਰਦੇ ਹਾਂ, ਅੱਗੇ ਅਸੀਂ ਦੇਖਦੇ ਸੀਗੇ ਕਿ ਹਰ ਪਿੰਡ ਦੇ ਵਿੱਚ ਹਰ ਜਿਹੜੇ ਘਰ ਸੀ ਉੱਥੇ ਵੀ ਪੇੜ ਪੌਦੇ ਸੀਗੇ ਜਾਂ ਜਿਹੜੇ ਖੇਤ ਸੀਗੇ ਸਾਡੇ ਉੱਥੇ ਵੀ ਸੀਗੇ, ਹੁਣ ਉਹ ਪਤਾ ਨਹੀਂ ਤਾਂ ਕੀ ਹੋ ਗਿਆ ਕਿ ਸ਼ੌਰਾ ਉਹਨੂੰ ਲੱਗਦਾ ਕਿ ਸਾਡੀ ਫਸਲ ਜ਼ਿਆਦਾ ਮਿਲ ਜਾਏਗੀ, ਜਾਂ ਈਵਨ ਕਿ ਜੇ ਸਰਕਾਰ ਜੰਗਲਾਤ ਵਿਭਾਗ ਵੀ ਲਾਉਂਦਾ ਹੈ ਸ਼ਾਮਲਾਟ ਜ਼ਮੀਨ ਦੇ ਵਿੱਚ ਨਾਲ ਨਾਲ ਸੜਕ ਦੇ, ਤਾਂ ਉਹ ਵੀ ਕਿਤੇ ਨਾ ਕਿਤੇ ਪੱਟ ਦਿੱਤੇ ਜਾਂਦੇ ਨੇ ਜਾਂ ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ, ਜਾਂ ਜਦੋਂ ਪਰਾਲੀ ਨੂੰ ਅੱਗ ਵਗੈਰਾ ਲਾਉਂਦੇ ਨੇ ਰਹਿੰਦ ਖੂੰਹਦ ਨੂੰ ਉਹ ਵੀ ਜਾਲ ਦਿੱਤੇ ਜਾਂਦੇ ਨੇ। ਮੇਨ ਪ੍ਰੋਬਲਮ ਤਾਂ ਇਹ ਹੈ ਜੀ, ਕਿਸਾਨਾਂ ਨੂੰ ਅਵੇਅਰਨੈਸ ਨਹੀਂ ਰਹੀ, ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਦਰਖਤ ਨੇ ਤਾਂ ਉਹਦੇ ਨਾਲ ਝਾੜ ਘੱਟਦਾ। ਉਹ ਜਦੋਂ ਉਹਨਾਂ ਨੂੰ ਇੱਕ ਬੰਦਾ ਕਹਿੰਦਾ ਕਿ ਜੀ ਮੇਰੇ ਖੇਤ ਦਾ ਇੰਨਾ ਝਾੜ ਆਇਆ, ਤਾਂ ਦੂਜਾ ਕਹਿੰਦਾ ਮੇਰਾ ਘੱਟ ਆਇਆ, ਉੱਥੇ ਕਹਿੰਦੇ ਨੇ ਤੁਹਾਡੇ ਖੇਤ ਦੇ ਵਿੱਚ ਇੰਨੇ ਜ਼ਿਆਦਾ ਦਰਖਤ ਨੇ ਉਹਦੇ ਕਰਕੇ ਤੁਹਾਡਾ ਝਾੜ ਘੱਟ ਆਇਆ, ਤਾਂ ਉਹ ਕੀ ਕਰਦਾ ਜੀ ਦੂਜੇ ਸਾਲ ਨੂੰ ਸਾਰੇ ਦਰਖਤ ਵੱਢ ਦਿੰਦੇ ਨੇ। ਅਤੇ ਦੂਜੀ ਗੱਲ ਹੈ ਜੀ, ਆਪਾਂ ਰੁੱਖ ਲਗਾ ਦਿੰਦੇ ਹਾਂ ਨਾਲ ਜਗ੍ਹਾ, ਪਹਿਲੀ ਗੱਲ ਤਾਂ ਜਿਹੜੀ ਨਾਲ ਬਰਮਾਂ ਨੇ ਸੜਕਾਂ ਦੀਆਂ ਉਹ ਲੋਕਾਂ ਨੇ ਵਾਹੀਆਂ ਹੋਈਆਂ ਜ਼ਮੀਨਾਂ ਵਿੱਚ, ਜਗ੍ਹਾ ਘੱਟ ਰਹਿ ਗਈ,
ਉੱਥੇ ਪੌਦੇ ਲਗਾਤੇ ਜੀ, ਉਹ ਉਦੋਂ ਬਾਅਦ 'ਚ ਪਰਾਲੀ ਨੂੰ ਅੱਗ ਲਾਤੀ, ਉਹਨਾਂ ਨੂੰ ਸੇਕ ਪੈ ਗਿਆ, ਉਹ ਮੱਚ ਜਾਂਦੇ ਨੇ ਸੇਕ ਜਦੋਂ ਪੈਂਦਾ ਫਿਰ ਖਰਾਬ ਹੋ ਜਾਂਦਾ। ਹਾਂਜੀ, ਉਹ ਇਹ ਕਿਸਾਨਾਂ ਨੂੰ ਜ਼ਿਆਦਾ ਅਵੇਅਰਨੈਸ ਜਿਹੜੀ ਜ਼ਰੂਰਤ ਆ ਜੀ, ਕਿਉਂਕਿ ਸਾਡੇ ਹੁਣ ਅਸੀਂ ਪਿਛਲੇ ਹੁਣ 1.5 ਮਹੀਨੇ ਦੀ ਗੱਲ ਦੱਸਦਾ, ਸਾਡੇ ਵਾਟਰ ਵਰਕਸ ਦੇ ਉੱਤੇ ਇੱਕ ਮੁੰਡੇ ਨੇ ਚੜ੍ਹ ਗਿਆ ਸੀ, ਕੰਮ ਸਫਾਈ ਕਰਨ ਲਈ ਚੜ੍ਹੇ, ਉਹਨੇ ਨਿਗਾਹ ਮਾਰੀ, ਉਹਨੇ ਪਿੰਡ ਵੱਲ ਨੂੰ ਨਿਗਾਹ ਮਾਰੀ ਤਾਂ ਲਗਭਗ ਹਰੇਕ ਘਰ ਦੇ ਵਿੱਚ ਦਰਖਤ ਦਿਖਾਈ ਦਿੱਤਾ, ਪਰ ਜਦੋਂ ਉਹਨੇ ਖੇਤਾਂ ਵੱਲ ਨੂੰ ਨਿਗਾਹ ਮਾਰੀ, ਖੇਤ ਵਿੱਚ ਬਿਲਕੁਲ ਖਾਲੀ ਪਏ ਨੇ ਜੀ। ਇਹ ਕੁੰਨਰ ਸਾਹਿਬ, ਇਹ ਹੋਇਆ ਕਿ ਜਦੋਂ ਸੜਕਾਂ ਦੇ ਆਲੇ ਦੁਆਲੇ ਕਿਤੇ ਬਰਮ ਦੇ ਨਾਲ ਲਾਉਂਦੇ ਹੋ ਖੇਤਾਂ ਦੇ, ਤਾਂ ਉੱਥੇ ਦਰਖਤ ਘੱਟ ਜਾਂਦੇ ਨੇ, ਹੁੰਦੇ ਨਹੀਂ ਹੈਗੇ ਉਨੇ? ਹਾਂਜੀ, ਲਿੰਕ ਰੋਡਾਂ 'ਤੇ ਕਾਫੀ ਮੁਸ਼ਕਲ ਆਉਂਦੀ ਹੈ ਜੀ, ਜ਼ਿਮੀਦਾਰਾਂ ਵੱਲੋਂ ਪੂਰਾ ਸਹਿਯੋਗ ਨਹੀਂ ਦਿੱਤਾ ਜਾਂਦਾ ਜੀ, ਉਹੀ ਜ਼ਿਆਦਾ ਨੁਕਸਾਨ ਕਰਦੇ ਨੇ ਜੀ। ਇਹ ਸੁਪ੍ਰੀਤ ਜੀ, ਅਸੀਂ ਮੈਟਰਲਿਸਟਿਕ ਹੁੰਦੇ ਜਾਂਦੇ ਹਾਂ, ਅਸੀਂ ਜ਼ਿਆਦਾ ਪਦਾਰਥਵਾਦੀ, ਕਿਉਂਕਿ ਸਾਡੀ ਜਿਹੜੀ ਦੌੜ ਹੈ ਉਹ ਜ਼ਿਆਦਾ ਹੋ ਗਈ, ਹਾਲਾਂਕਿ ਸਾਨੂੰ ਨੁਕਸਾਨ ਜਿਹੜਾ ਭਵਿੱਖ ਸਾਡੀਆਂ ਪੀੜ੍ਹੀਆਂ ਨੂੰ ਵੀ ਅਤੇ ਸਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ, ਪਰ ਅਸੀਂ ਇਹ ਸੋਚ ਨਹੀਂ ਰਹੇ ਉਸ ਤਰ੍ਹਾਂ। ਹਾਂਜੀ, ਕਿਉਂਕਿ ਜਿੰਨਾ ਸ਼ਹਿਰੀਕਰਨ ਵਧੀ ਜਾਂਦਾ ਜੀ, ਉਦਯੋਗੀਕਰਨ ਵਧੀ ਜਾਂਦਾ, ਉਹਦੇ ਨਾਲ ਨਾਲ ਅਸੀਂ ਸੈਲਫਿਸ਼ ਵੀ ਹੁੰਦੇ ਜਾਂਦੇ ਹਾਂ, ਅਸੀਂ ਸਿਰਫ ਆਪਣੇ ਬਾਰੇ ਸੋਚਦੇ ਹਾਂ, ਅਸੀਂ ਵਾਤਾਵਰਨ ਤੇ ਬੜੀ ਦੂਰ ਦੀ ਗੱਲ ਹੈ, ਅਸੀਂ ਆਪਣੇ ਪਰਿਵਾਰ ਬਾਰੇ ਵੀ ਨਹੀਂ ਸੋਚਦੇ। ਸੋ ਇਸ ਦੇ ਵਿੱਚ ਨਾ ਮੈਂ ਇੱਕ ਭੂਟਾਨ ਦੀ ਤੁਹਾਡੇ ਨਾਲ ਐਗਜ਼ਾਮਪਲ ਸ਼ੇਅਰ ਕਰਨਾ ਚਾਹਾਂਗੀ ਕਿ ਉਹਨਾਂ ਨੇ ਲਿੰਕ ਕਰ ਦਿੱਤਾ ਹੈ ਕਿ ਜਿਹੜਾ ਗ੍ਰੋਸ ਨੈਸ਼ਨਲ ਪ੍ਰੋਡਕਟ ਹੈ ਉਹਦੇ ਨਾਲ ਉਹ ਜ਼ਿਆਦਾ ਇੰਪੋਰਟੈਂਟ ਹੈ ਗ੍ਰੋਸ ਨੈਸ਼ਨਲ ਹੈਪੀਨੈਸ ਜੀ। ਤੇ ਇਹ ਜਿਹੜੀ ਖੁਸ਼ਹਾਲੀ ਹੈ ਜਾਂ ਜਿਹੜੀ ਹੈਪੀਨੈਸ ਹੈ, ਆਏਗੀ ਕਦੋਂ? ਜਦੋਂ ਅਸੀਂ ਆਪ ਖੁਸ਼ ਹੋਵਾਂਗੇ ਜੀ। ਤੇ ਸਾਨੂੰ ਖੁਸ਼ੀ ਕਦੋਂ ਮਿਲੇਗੀ? ਜਦੋਂ ਅਸੀਂ ਸਿਹਤਮੰਦ ਹੋਵਾਂਗੇ, ਜਦੋਂ ਬਿਮਾਰੀਆਂ ਤੋਂ ਦੂਰ ਹੋਵਾਂਗੇ, ਤੇ ਇਹਦੀ ਜੜ੍ਹਾਂ ਤੋਂ ਉਦੋਂ ਹੀ ਦੂਰ ਹੋਵਾਂਗੇ ਜਦੋਂ ਵਾਤਾਵਰਨ ਸ਼ੁੱਧ ਹੋਏਗਾ। ਬਿਲਕੁਲ ਬਿਲਕੁਲ। ਸੋ ਉਹਨਾਂ ਨੇ ਬੜੀ ਅੱਛੀ ਐਗਜ਼ਾਮਪਲ ਸਾਡੇ ਵਾਸਤੇ ਸੈੱਟ ਕੀਤੀ ਹੈ ਕਿ ਜੇ ਅਸੀਂ ਖੁਸ਼ ਰਹਿਣਾ, ਖੁਸ਼ਹਾਲ ਬਣਨਾ, ਸਿਹਤਮੰਦ ਬਣਨਾ, ਤੇ ਸਭ ਤੋਂ ਪਹਿਲੇ ਸਾਨੂੰ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ। ਉਹਦੇ ਥਰੂ ਹੀ ਸਾਨੂੰ ਖੁਸ਼ਹਾਲੀ ਜਿਹੜੀ ਹੈ, ਕੁਦਰਤ ਨਾਲ ਮੇਲਜੋਲ, ਜਿਹੜਾ ਪਿਆਰ ਹੈ ਕੁਦਰਤ ਨਾਲ ਜਾਂ ਜਿਹੜਾ ਬਨਸਪਤੀ ਨਾਲ ਪਿਆਰ ਹੈ, ਉਹ ਜੇ ਤੁਸੀਂ ਸਮਾਂ ਬਿਤਾਓਗੇ ਉਹਦੇ ਵਿੱਚ ਜਾ ਕੇ, ਕੋਈ ਮੈਨੂੰ ਲੱਗਦਾ ਤਾਂ ਹੀ ਤੁਹਾਨੂੰ ਹੁੰਦਾ ਹੈ। ਹਾਂਜੀ ਹਾਂਜੀ, ਜੇ ਅਸੀਂ ਸਾਰਾ ਦਿਨ ਟੀਵੀ ਤੇ ਹੀ ਦੇਖਣਾ ਹੈ ਸਾਰਾ ਕੁਝ, ਤੇ ਉਹੀ ਕੰਪਿਊਟਰ ਤੇ ਮੋਬਾਈਲ ਹੀ ਸਾਡੀ ਦੁਨੀਆ ਰਹਿ ਜਾਣੀ ਹੈ, ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਸੀਂ ਸਾਰਿਆਂ ਨੇ ਹੀ ਖਤਮ ਹੋ ਜਾਣਾ, ਬਿਮਾਰੀਆਂ ਨੂੰ ਹੀ ਅਸੀਂ ਸੱਦਾ ਜ਼ਿਆਦਾ ਦੇ ਰਹੇ ਹਾਂ। ਬਿਲਕੁਲ ਠੀਕ ਹੈ। ਲੱਖੇ ਵਾਲੇ ਜੀ, ਇਹਦੇ ਵਿੱਚ ਅਸੀਂ ਜਿਹੜੀ ਗੱਲ ਅਸੀਂ ਇਹ ਵੀ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਰੁੱਖ ਆ ਸਾਨੂੰ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਲਾਉਣੇ, ਕਿਉਂਕਿ ਫਰੂਟਸ ਦੇ ਨੇ ਸ਼ਾਨਦਾਰ ਨੇ ਜਾਂ ਟੌਲ ਨੇ, ਕਿਸ ਤਰ੍ਹਾਂ ਦੇ ਜਿਹੜੇ ਸਾਨੂੰ ਚਾਹੀਦੇ ਨੇ? ਰਾਣਾ ਜੀ, ਦੇਖੋ ਪਹਿਲੀ ਗੱਲ ਤਾਂ ਜੇ ਅਸੀਂ ਦਰਅਸਲ 'ਚ ਵਾਕਈ ਸੀਰੀਅਸ ਹੈ ਇਸ ਗੱਲ ਲਈ ਵੀ ਪੰਜਾਬ 'ਚ ਜੰਗਲਾਂ ਹੇਠ ਰਕਬਾ ਵਧਾਉਣਾ ਜੀ, ਤਾਂ ਜਿੱਦਾਂ ਕਮਲਜੀਤ ਨੇ ਵੀ ਗੱਲ ਕੀਤੀ ਸੀ, ਸਾਡਾ ਜਿਹੜਾ ਮੇਨ ਜਿਹੜਾ ਖਿੱਤਾ ਨਾ ਪੰਜਾਬ ਦਾ, ਉਹ ਸਾਰਾ ਪਿੰਡਾਂ 'ਚ ਹੈ ਅਤੇ ਖੇਤਾਂ 'ਚ ਹੈ ਜੀ। ਸਾਨੂੰ ਜੰਗਲਾਤ ਵਿਭਾਗ 'ਤੇ ਇਲਜ਼ਾਮ ਲਾਉਣ ਦੀ ਬਜਾਏ ਸਾਨੂੰ ਆਪ ਰੁੱਖ ਲਾਉਣੇ ਚਾਹੀਦੇ ਆ। ਠੀਕ ਹੈ, ਹਰ ਚੀਜ਼ ਜੰਗਲਾਤ ਵਿਭਾਗ ਨੇ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਨਹੀਂ ਦੇਣੀ, ਸਾਨੂੰ ਆਪ ਆਪਣੇ ਝਾਤ ਮਾਰਨੀ ਪਏਗੀ, ਸਾਨੂੰ ਸੋਚਣਾ ਪਏਗਾ ਅਸੀਂ ਆਪ ਰੁੱਖ ਲਾਏ ਨੇ ਕਦੇ, ਕਦੇ ਅਸੀਂ ਪੌਦਾ ਲਾਇਆ ਜਾਂ ਸਾਡੇ ਬੱਚੇ ਨੂੰ ਅਸੀਂ ਨਾਲ ਲੈ ਕੇ ਕਦੇ ਸੈਂਪਲਿੰਗ ਕੀਤੀ ਇਸ ਤਰ੍ਹਾਂ। ਮੈਂ ਕੱਲ ਹਮੇਸ਼ਾ ਕਰਦਾ ਹੁੰਦਾ ਜੀ ਕਿ ਵੀ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ, ਭੋਜਨ ਚਾਹੀਦਾ, ਸਾਨੂੰ ਪਾਣੀ ਚਾਹੀਦਾ ਤੇ ਹਵਾ ਚਾਹੀਦੀ ਹੈ। ਇਹ ਤਿੰਨ ਸਰਕਾਰ ਤੋਂ ਨਹੀਂ ਲੈਂਦੇ, ਅਸੀਂ ਆਪ ਖਾਂਦੇ ਨਾ, ਸਾਡੀ ਲੋੜ ਆ, ਤੇ ਇਹ ਤਿੰਨੇ ਚੀਜ਼ਾਂ ਕਿੱਥੋਂ ਆਉਂਦੀਆਂ? ਬੂਟਿਆਂ ਤੋਂ, ਸਾਨੂੰ ਆਪ ਲਾਉਣੇ ਪੈਣੇ। ਦੂਸਰੀ ਗੱਲ ਇੰਨੀ ਜ਼ਰੂਰ ਆ ਕਿ ਸਾਨੂੰ ਵੱਖ ਵੱਖ ਜਿਹੜੇ ਖਾਸ ਕਰਕੇ ਜਿਹੜੇ ਮੇਰੇ ਵਰਗੇ ਹੋਰ ਬੰਦੇ ਨੇ ਜਿਹੜੇ ਇਸ ਵਿਸ਼ੇ ਦੀ ਜਾਣਕਾਰੀ ਰੱਖਦੇ ਆ, ਉਹ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਪਰੈਡ ਕਰਨ। ਜਿੱਦਾਂ ਮੋਟਰਾਂ ਦੀ ਗੱਲ ਹੈ, ਹੁਣ ਜਿਹੜੇ ਸੱਜਣ ਕਹਿੰਦੇ ਕਿ ਮੋਟਰਾਂ ਤੇ ਛਾਂ ਹੋ ਜਾਂਦੀ ਆ, ਮੋਟਰਾਂ ਤੇ ਏਸੀ ਲੱਗ ਗਏ ਨੇ, ਪਰ ਫਿਰ ਵੀ ਮੋਟਰਾਂ ਤੇ ਹੁਣ ਪਪੀਤਾ ਕਿੰਨੀ ਏਰੀਆ ਲੈ ਲੂਗਾ, ਅਨਾਰ ਕਿੰਨਾ ਲੈ ਲੂਗਾ, ਨਿੰਬੂ ਕਿੰਨਾ ਲੈ ਲੂਗਾ, ਚੰਪਾ ਕਿੰਨਾ ਲੈ ਲੂਗਾ, ਚਾਂਦਰੀ ਕਿੰਨੀ ਲੈ ਲੂਗੀ, ਤੂਤਾਂ ਵਾਲੇ ਖੂਹ ਤਾਂ ਹੁਣ ਰਹੇ ਨਹੀਂ। ਕੁੰਨਰ ਸਾਹਿਬ, ਇੱਕ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਸੀਗੇ ਕਿ ਬੱਚਿਆਂ ਦੀਆਂ ਸਕੂਲਾਂ ਦੇ ਵਿੱਚ ਖਾਸ ਕਰਕੇ ਪੌਦੇ ਵੰਡ ਲਏ ਜਾਂਦੇ ਸੀਗੇ ਕਿ ਇਹ ਫਲਾਣੇ ਬੱਚਾ ਇਹਦੇ ਧਿਆਨ ਰੱਖੇਗਾ, ਦੂਜਾ ਸਕੂਲਾਂ ਦੇ ਜ਼ਰੀਏ ਮੈਨੂੰ ਲੱਗਦਾ ਸਾਨੂੰ ਜ਼ਿਆਦਾ ਜਿਹੜਾ ਇੱਧਰ ਧਿਆਨ ਦੇਣਾ ਚਾਹੀਦਾ। ਹਾਂਜੀ, ਇਸ ਵਾਰ ਜੀ ਆਪਣੇ ਸਾਡੇ ਸਾਧੂ ਸਿੰਘ ਧਰਮਸੋਤ ਜੀ ਵਣ ਮੰਤਰੀ ਜੀ ਦੇ ਉਹਨਾਂ ਦੇ ਇਨੀਸ਼ੀਏਟਿਵ ਨਾਲ ਸਾਡੇ ਸਾਰੇ ਪੰਜਾਬ ਵਿੱਚ ਸਕੂਲਾਂ ਵਿੱਚ
ਪੌਦੇ ਕਾਫੀ ਮਾਤਰਾ ਵਿੱਚ ਇਸ ਵਾਰ ਲਗਾਏ ਜਾ ਰਹੇ ਆ, ਜਿਹਨਾਂ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਅਸੀਂ 450 ਦੇ ਕਰੀਬ ਸਕੂਲ ਅਤੇ ITIs ਪੋਲੀਟੈਕਨਿਕ ਵਗੈਰਾ ਵਿੱਚ ਲਗਾ ਰਹੇ ਹਾਂ ਜੀ। ਉਹਨਾਂ ਵਿੱਚ ਜਿਹੜਾ ਵਣ ਵਿਭਾਗ ਹੀ ਉਹਨਾਂ ਦੇ ਨਾਲ ਹੋ ਕੇ ਰੁੱਖ ਲਗਵਾਏਗਾ। ਠੀਕ ਹੈ। ਔਰ ਇਹਦੇ ਤਹਿਤ ਅਸੀਂ ਜਿਹੜਾ ਸਾਡਾ ਸਾਊਥ ਸਰਕਲ ਹੈ ਜੀ, ਲੁਧਿਆਣਾ ਸਾਊਥ ਸਰਕਲ ਪਟਿਆਲਾ ਵਿੱਚ ਪੈਂਦਾ ਹੈਗਾ, ਅਸੀਂ 13 ਤਰੀਕ ਨੂੰ 1,25,000 ਪੌਦਾ ਇੱਕੇ ਦਿਨ ਲਗਾਉਣ ਜਾ ਰਹੇ, ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ 25,000 ਪੌਦਾ ਲਗਾਇਆ ਜਾਏਗਾ। ਚਲੋ ਇਹ ਬਹੁਤ ਚੰਗੀ ਗੱਲ ਹੈਗੀ ਹੈ, ਚਲੋ ਜੰਗਲਾਤ ਵਿਭਾਗ ਦੀ ਵੀ। ਪਰ ਸੁਪ੍ਰੀਤ ਜੀ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਔਰਗਨਾਈਜੇਸ਼ਨਸ ਨੇ, ਬਹੁਤ ਸਾਰੀਆਂ NGOs ਨੇ ਜਿਹੜੇ ਦਾਅਵਾ ਕਰਦੀਆਂ ਨੇ ਕਿ ਅਸੀਂ 10 ਲੱਖ ਬੂਟੇ ਲਾਤੇ, 5 ਲੱਖ ਲਾਤੇ, ਕਰੋੜ ਤੱਕ ਵੀ ਦਾਅਵੇ ਹੋ ਜਾਂਦੇ ਨੇ ਪਿੱਛੇ ਜੇ ਅਸੀਂ ਇੱਥੇ ਵੀ ਦੇਖਿਆ ਪੰਜਾਬ ਦੇ ਵਿੱਚ, ਕੇਰਲ 'ਚ ਵੀ ਦੇਖਿਆ ਕਿ ਇੱਕੋ ਦਿਨ 1 ਕਰੋੜ ਬੂਟੇ ਜਾਂ ਇਸ ਤਰ੍ਹਾਂ। ਪਰ ਫਿਰ ਵੀ ਕਿਉਂ ਵੱਧ ਕਿਉਂ ਨਹੀਂ ਰਹੇ ਫਿਰ, ਜੇ ਇੰਨੀਆਂ ਹਰਿਆਵਲ ਲਹਿਰਾਂ ਚੱਲਦੀਆਂ ਨੇ, ਇੰਨੇ ਜ਼ਿਆਦਾ ਅਸੀਂ ਵਾਤਾਵਰਨ ਦਿਵਸ ਮਨਾਉਂਦੇ ਹਾਂ, ਇੰਨੇ ਜ਼ਿਆਦਾ NGOs ਕੰਮ ਕਰ ਰਹੀਆਂ ਨੇ, ਇੰਨੇ ਜ਼ਿਆਦਾ ਸਾਡੇ ਸਾਧੂ ਸੰਤ ਜਿਹੜੇ ਬਾਬਾ ਜੀ ਨੇ, ਚਾਹੇ ਉਹ ਨਾਨਕਸਰ ਵਾਲੇ ਜਾਂ ਸੀਚੇਵਾਲ ਜਾਂ ਖਡੂਰ ਸਾਹਿਬ ਵਾਲੇ ਕਰ ਰਹੇ ਨੇ, ਫਿਰ ਕਿਉਂ ਹਾਲੇ ਵੀ ਇਹ ਸਾਡੇ ਪਰੇਸ਼ਾਨੀ ਸਮੱਸਿਆ ਕਿਉਂ? ਇਹਦੀ ਸਭ ਦੀ ਇੱਕੋ ਹੀ ਜੜ ਹੈ ਜੀ, ਕਿ ਜਦੋਂ ਅਸੀਂ ਲਗਾ ਲੈਂਦੇ ਹਾਂ ਰੁੱਖ, ਉਹਦੀ ਆਫਟਰ ਕੇਅਰ ਜਾਂ ਸਰਵਾਈਵਲ ਰੇਟ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ, ਉਹ ਨਹੀਂ ਹੈਗਾ ਜੀ। ਤੇ ਉਹਦੇ ਲਈ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਪਏਗੀ ਕਿ ਜੇ ਬੂਟਾ ਹੈ ਮੈਂ ਲਾਇਆ ਤੇ ਇਹਦੀ ਕੇਅਰ ਵੀ ਮੈਂ ਕਰਨੀ। ਜੇ ਹੁਣ ਕਰੋੜ ਬੂਟਾ ਮੈਂ ਲਾ ਦਿੱਤਾ ਤੇ ਉਹ ਮੈਂ ਕੱਲੀ ਤਾਂ ਨਹੀਂ ਨਾ ਜੀ ਉਹਨੂੰ ਸੰਭਾਲ ਸਕਦੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਵੀ ਬੂਟਾ ਲਾਇਆ ਜਾਏ ਉਹਦੀ ਆਫਟਰ ਕੇਅਰ ਜਿਹੜੀ ਹੈ ਉਹ ਜ਼ਰੂਰ ਉਹਦੀ ਜ਼ਿੰਮੇਵਾਰੀ ਹੋਵੇ। ਬਲਵਿੰਦਰ ਜੀ, ਇਹ ਇਸ ਤਰ੍ਹਾਂ ਨਹੀਂ ਕਰ ਲੈਣਾ ਚਾਹੀਦਾ ਕਿ ਇੰਨੇ ਵੱਡੀ ਤਾਦਾਦ ਦੇ ਵਿੱਚ ਲਾਉਣ ਨਾਲ ਥੋੜੇ ਲਾਈਏ ਤੇ ਉਹਨਾਂ ਨੂੰ ਪ੍ਰੋਪਰ ਕਿਤੇ ਪਹੁੰਚਾਈਏ ਜ਼ਰੂਰ ਵੀ ਕਿਤੇ? ਬਿਲਕੁਲ ਜੀ, ਇਹ ਜਿਹੜੀ ਇਹ ਨਾ ਨੰਬਰ ਗੇਮ ਤੋਂ ਪਾਸੇ ਹੋਣਾ ਚਾਹੀਦਾ, ਪਹਿਲੀ ਗੱਲ ਤਾਂ ਇਹ ਤਾਂ ਮੈਨੇ ਨਹੀਂ ਰੱਖਣੀ ਚਾਹੀਦੀ ਸਾਨੂੰ। ਇੱਕ ਜਿਹੜਾ ਸਰਵਾਈਵਲ ਰੇਟ ਵਿੱਚ ਇੰਪੋਰਟੈਂਟ ਚੀਜ਼ ਮੈਂ ਇਸ ਤੁਹਾਡੇ ਇਸ ਮੀਡੀਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੂੰਗਾ ਜਾਂ ਕਹਿਣਾ ਚਾਹੂੰਗਾ ਕਿ ਅਸੀਂ 1.5-2 ਫੁੱਟ ਦੇ ਬੂਟੇ ਨਾਲੋਂ ਬੂਟਿਆਂ ਦਾ ਸਾਈਜ਼ ਵਧਾਈਏ। ਜੇ ਬੂਟਾ ਸਾਡਾ 4-6 ਫੁੱਟ ਦਾ ਹੋਊਗਾ ਤਾਂ ਉਹਦਾ ਸਰਵਾਈਵਲ ਰੇਟ ਜ਼ਿਆਦਾ ਡੈਫੀਨੇਟਲੀ ਹੋਊਗਾ। ਨਰਸਰੀਜ਼ ਨੂੰ ਮਿਲਣਾ ਤਾਂ ਜ਼ਿਆਦਾ ਕੰਮ ਕਰਨਾ ਪਏਗਾ ਜਾਂ ਉਹ, ਕਿਉਂਕਿ ਬੂਟਾ ਫਿਰ ਮਹਿੰਗਾ ਵੀ ਮਿਲਦਾ ਜਿਹੜਾ ਵੱਡਾ ਬੂਟਾ ਥੋੜਾ। ਨਹੀਂ, ਉਹਦੇ ਵਿੱਚ ਨਾ ਇਹ ਜਿਹੜਾ ਕੂਨਰ ਸਾਹਿਬ ਵਾਲਾ ਜਿਹੜਾ ਵਿਭਾਗ ਆ, ਇਹਨਾਂ ਨੂੰ ਸਪੋਰਟ ਸਰਕਾਰ ਦੀ ਮਿਲਣੀ ਚਾਹੀਦੀ ਆ, ਕਿਉਂਕਿ ਹੁਣ ਇਹਨਾਂ ਕੋਲੇ ਟੈਕਨੀਕਲ ਬੰਦੇ ਹੈਗੇ ਆ, ਪਰ ਇਹਨਾਂ ਕੋਲੇ ਇਹਨਾਂ ਦੇ ਪ੍ਰੈਸ਼ਰ ਇਹ ਰਹਿੰਦਾ ਕਿ ਹਰ ਸਾਲ ਇੰਨੇ ਬੂਟੇ ਤਿਆਰ ਕੀਤੇ, ਉਹ 1.5-2 ਫੁੱਟ ਦੇ ਹੁੰਦੇ ਆ। ਕੂਨਰ ਸਾਹਿਬ, ਜਿਹੜੀ ਗੱਲ ਲੱਖੇਵਾਲੇ ਸਾਹਿਬ ਕਹਿ ਰਹੇ ਨੇ ਜੀ, ਅਸੀਂ ਇਹਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਮੈਂ ਆਪਣੇ ਇਸ ਲੁਧਿਆਣਾ ਜ਼ਿਲ੍ਹੇ ਲਈ ਮੇਰੀ ਆਪਣੀ ਐਫਰਟਸ ਦੇ ਨਾਲ ਮੈਂ ਪਟਿਆਲੇ ਸਾਡੇ ਵਣ ਕਾਰਪੋਰੇਸ਼ਨ ਕੋਲ 10,000 ਪੌਦਾ ਸੀਗਾ ਜਿਹੜਾ ਕਿ 5 ਫੁੱਟ ਤੋਂ ਉੱਤੇ ਵੱਡਾ ਉੱਚਾ ਹੈਗਾ ਜੀ, ਉਹ ਘੱਟੋ ਘੱਟ 4 ਸਾਲ ਦਾ ਪੌਦੇ ਨੇ। ਇਹ ਵਿਸ਼ਵਾਸ ਦਵਾਉਂਦੇ ਹੋ ਕਿ ਜਿਹੜੇ ਕੋਈ NGO ਤੋਂ ਬੂਟੇ ਲੈਣ ਆਵੇ ਤਾਂ ਉਹਨੂੰ ਤੁਸੀਂ ਦੇਣ ਲਈ ਤਿਆਰ ਹੁੰਦੇ ਹੋ, ਜਾਂ ਕੀ ਪ੍ਰੋਸੀਜਰ ਜਿਹੜਾ ਅਪਣਾਇਆ ਜਾਂਦਾ? ਬਿਲਕੁਲ ਜੀ, ਸਾਡਾ 60,000 ਦਾ ਟੀਚਾ ਹੈਗਾ, 60,000 ਪੌਦੇ ਦੇਣ ਦਾ। ਅਸੀਂ ਉਸ ਵੇਲੇ ਉਹਨਾਂ ਨਾਲ ਅਸੀਂ ਕਈ ਆਰਗੇਨਾਈਜੇਸ਼ਨਸ ਦਾ ਅਸੀਂ ਉਹਨਾਂ ਦੇ ਪਹੁੰਚਾਉਣ ਵਿੱਚ ਵੀ ਉੱਥੇ ਮਦਦ ਕੀਤੀ ਹੈ। ਸੁਪ੍ਰੀਤ ਜੀ, ਤੁਹਾਡੇ ਕੋਲ ਜੇ ਇੱਕੋ ਸਿੱਖ ਦੇ ਜ਼ਰੀਏ ਲੋਕ ਪਹੁੰਚ ਕਰਨ, ਕੋਈ ਕਲੱਬ ਨੇ ਛੋਟੇ ਮੋਟੇ ਜਾਂ ਹੋਰ ਨੇ ਤੁਹਾਡੇ ਨਾਲ ਜੁੜ ਕੇ ਉਹ ਚਲਾਉਣਾ ਚਾਹਣ, ਲਹਿਰ ਚਲਾਉਣਾ ਚਾਹਣ ਆਪਣੇ ਆਪਣੇ ਇਲਾਕੇ 'ਚ? ਹਾਂਜੀ ਹਾਂਜੀ, ਇਹਦਾ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਜੀ, ਪਰ ਉਹੀ ਮੈਂ ਕਿਹਾ ਕਿ ਇੱਕੋ ਸਿੱਖ ਹਰ ਇੱਕ ਥਾਂ ਤੇ ਨਹੀਂ ਪਹੁੰਚ ਸਕਦੀ, ਅਸੀਂ ਉਹਨਾਂ ਨਾਲ ਪੂਰਾ ਸਹਿਯੋਗ ਦਿੰਦੇ ਹਾਂ। ਬਲਦੇਵ ਜੀ, ਇੱਕ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਪਹਿਲਾਂ ਬੂਟੇ ਜਿਹੜੇ ਆਮ ਸੀਗੇ, ਜਾਮਣ ਦੇ, ਅਮਰੂਦ ਦੇ, ਹੁਣ ਸ਼ਹਿਰਾਂ ਦੇ ਵਿੱਚ ਉਹੀ ਫਰੂਟ ਜਿਹੜੇ ਨੇ ਉਹ 100-100 ਰੁਪਏ ਕਿਲੋ ਤੱਕ ਖਰੀਦ ਕੇ ਲੋਕ ਖਾ ਰਹੇ ਨੇ, ਅੱਗੇ ਆਮ ਹੁੰਦੇ ਸੀਗੇ ਚੀਜ਼ਾਂ ਘੱਟਦੀਆਂ ਜਾ ਰਹੀਆਂ ਨੇ। ਇਹੀ ਮੇਨ ਪ੍ਰੋਬਲਮ ਇਹੀ ਹੈ ਜੀ ਕਿ ਲੋਕਾਂ ਨੇ ਜਿਹੜੇ ਖੇਤਾਂ ਵਿੱਚ ਦਰਖਤ ਸੀਗੇ ਉਹ ਸਾਰੇ ਕੱਟਤੇ ਜੀ। ਹੁਣ ਤੁਹਾਨੂੰ ਦੱਸੀਏ ਕਿ ਸਾਡੇ 3-4 ਕਿਲੋਮੀਟਰ ਦਾ ਸੂਏ ਦਾ ਏਰੀਆ ਪਿਆ ਜੀ ਖਾਲੀ। ਪਿਛਲੇ ਸਾਲ ਅਸੀਂ ਮਹਿਕਮੇ ਨਾਲ ਗੱਲਬਾਤ ਕਰੀ, ਸੂਏ ਵਾਲਿਆਂ ਨਾਲ ਵੀ ਅਤੇ ਜੰਗਲਾਤ ਵਾਲਿਆਂ ਨਾਲ ਵੀ, ਕਿ ਅਸੀਂ ਉੱਥੇ ਜਾਮਣਾਂ ਅਤੇ ਅਮਰੂਦ ਵਗੈਰਾ ਲਾਉਣੇ ਨੇ ਤਾਂ ਕਿ ਬੱਚੇ ਨੇ ਜਿਹੜੇ ਪਹਿਲਾਂ ਅਸੀਂ ਛੋਟੇ ਹੁੰਦੇ ਅਸੀਂ ਖੁਦ ਖਾਂਦੇ ਰਹੇ ਜੀ ਖੇਤਾਂ 'ਚ ਜਾਂਦੇ ਸਾਈਕਲ ਲੈ ਕੇ, ਵੀ ਹੁਣ ਸਾਡਾ ਜਿਹੜਾ ਪਿੱਛੇ ਪੀੜ੍ਹੀ ਆ ਰਹੀ ਆ ਉਹਨੂੰ ਵੀ ਉਹੀ ਵਿਰਸਾ ਮਿਲ ਸਕੇ। ਪਰ ਉਹਨਾਂ ਨੇ ਕਿਹਾ ਕਿ ਜੀ ਨਹੀਂ ਅਸੀਂ ਖੁਦ ਲਗਾਵਾਂਗੇ, ਹੁਣ ਸਾਲ ਹੋ ਗਿਆ ਜੀ ਨਾ ਉਹਨਾਂ ਨੇ ਖੁਦ ਲਗਾਇਆ ਨਾ ਸਾਨੂੰ ਲਗਾਉਣ ਦਿੱਤੇ ਆ। ਚਲੋ ਸੁਪ੍ਰੀਤ ਜੀ, ਜਾਂਦੇ ਜਾਂਦੇ ਸਮਾਂ ਸਾਡੇ ਕੋਲ ਥੋੜ੍ਹਾ ਬਾਈਂਡ ਅਪ, ਅਸੀਂ ਚਾਹੁੰਦੇ ਹਾਂ ਕਿ ਕੋਈ ਸੁਝਾਅ ਜਿਹੜਾ ਸਾਡੇ ਦਰਸ਼ਕਾਂ ਨੂੰ ਜਾਂ ਸਾਡੇ ਜਿਹੜਾ ਪ੍ਰੋਗਰਾਮ ਦੇਖ ਰਹੇ ਨੇ
ਉਹਨਾਂ ਨੂੰ ਕੁਝ ਦਿੱਤਾ ਜਾਵੇ। ਹਾਂਜੀ, ਮੈਂ ਬੜੀ ਪੁਰਾਣੀ ਕਹਾਵਤ ਹੈ ਜੀ, ਇੱਕ ਰੁੱਖ ਤੇ 100 ਸੁੱਖ, ਉਹਨੂੰ ਦੁਹਰਾਉਣਾ ਚਾਹਾਂਗੀ ਕਿ ਜੇ ਆਪਾਂ ਗਿਣਨ ਲੱਗੀਏ ਤੇ 100 ਤੋਂ ਕਿਤੇ ਵੱਧ ਸੁੱਖ ਹੈਗੇ ਆ ਜਿਹੜੇ ਇੱਕ ਰੁੱਖ ਸਾਨੂੰ ਦੇ ਸਕਦਾ, ਤੇ ਕਿਉਂ ਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਕਿ ਅਸੀਂ ਰੁੱਖ ਲਾਈਏ ਤੇ ਉਹਨਾਂ ਦੀ ਕੇਅਰ ਵੀ ਕਰੀਏ, ਸਿਰਫ ਇਹ ਨਹੀਂ ਕਿ ਲਾਈਏ। ਬਹੁਤ ਬਹੁਤ ਧੰਨਵਾਦ ਚਰਨਜੀਤ ਸਿੰਘ ਕੂਨਰ ਜੀ, ਸੁਪ੍ਰੀਤ ਕੌਰ ਜੀ, ਡਾਕਟਰ ਬਲਵਿੰਦਰ ਸਿੰਘ ਲੱਖੇਵਾਲ ਜੀ ਤੇ ਕਮਲਜੀਤ ਸਿੰਘ ਠੇਕਰੀਵਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਕਿਉਂਕਿ ਵਾਤਾਵਰਨ, ਅਸੀਂ ਬਹੁਤ ਸਾਰੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਕਿ ਸ਼ੁੱਧ ਹਵਾ ਨਹੀਂ ਮਿਲਦੀ, ਸ਼ੁੱਧ ਪਾਣੀ ਨਹੀਂ ਮਿਲਦਾ, ਬਿਮਾਰੀਆਂ ਵੱਧਦੀਆਂ ਨੇ, ਪਰ ਕਿਤੇ ਨਾ ਕਿਤੇ ਅਸੀਂ ਉਸਦੇ ਜ਼ਿੰਮੇਵਾਰ ਖੁਦ ਹਾਂ, ਕਿਉਂਕਿ ਜਦੋਂ ਜਿਹੜੇ ਮੀਂਹ ਨਹੀਂ ਪੈਂਦਾ ਉਹਦੀ ਵੀ ਅਸੀਂ ਕਹਿੰਦੇ ਕਿ ਗਰਮੀ ਵੱਧਦੀ ਜਾ ਰਹੀ ਹੈ, ਆਲਮੀ ਤਪਸ਼ ਵੱਧਦੀ ਜਾ ਰਹੀ ਹੈ, ਉਹਦਾ ਜਿਹੜਾ ਜ਼ਿੰਮੇਵਾਰ ਹੈ ਉਹ ਮਨੁੱਖ ਹੈ। ਸੋ ਹੱਲ ਉਹਦਾ ਇਹੀ ਹੈ ਕਿ ਪੌਦੇ ਲਾਈਏ, ਰੁੱਖ ਲਾਈਏ। ਸੋ ਅੱਜ ਦੀ ਵਿਚਾਰ ਚਰਚਾ 'ਚ ਬਸ ਇੰਨਾ ਹੀ, ਸਾਨੂੰ ਇਜਾਜ਼ਤ, ਧੰਨਵਾਦ।